ਕੀ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ? ਕੀ ਤੁਸੀਂ ਸਟੂਡੈਂਟ ਤੌਰ ਤੇ ਪੜ੍ਹਨ ਲਈ ਜਾਣਾ ਚਾਹੁੰਦੇ? ਜਾਂ ਫਿਰ ਪੱਕੇ ਤੌਰ ਤੇ ਉੱਥੇ ਜਾਣਾ ਚਾਹੁੰਦੇ? ਜਾਂ ਫਿਰ ਆਪਣਾ ਕਾਰੋਬਾਰ ਉੱਥੇ ਸੈਟਲ ਕਰਨਾ ਚਾਹੁੰਦੇ? ਕੀ ਤੁਸੀਂ ਕਦੇ ਪਹਿਲੇ ਵੀ ਆਸਟ੍ਰੇਲੀਆ ਜਾ ਚੁੱਕੇ? ਕਿਸੇ ਵੀ ਕਾਰਨ ਤੁਹਾਡੀ ਅਪਲੀਕੇਸ਼ਨ ਰਿਜੈਕਟ ਹੋ ਗਈ? ਤੁਹਾਡਾ ਕੇਸ ਐਮਆਰਟੀ ਤੱਕ ਪਹੁੰਚ ਕੇ ਰਿਜੈਕਟ ਹੋ ਗਿਆ? ਤੁਸੀਂ ਪੜ੍ਹਾਈ ਲਈ ਗਏ ਸੀ ਕਾਲਜ ਬੰਦ ਹੋ ਗਿਆ? ਕਿਸੇ ਵੀ ਕਾਰਨ ਤੁਹਾਨੂੰ ਵਾਪਸ ਆਣਾ ਪਿਆ? ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦਿਓ। ਮੌਫਿਦ ਆਸਟ੍ਰੇਲੀਆ ਤੋਂ ਜੋ ਕਿ ਸੀਨੀਅਰ ਮੈਰਾ ਏਜੰਟ ਆਪ migrate to australia seminar ਕਰਨ ਲਈ ਆ ਰਹੇ ਸੋ ਆਪਣੇ ਕਾਗਜ਼ਾਤ ਚੈੱਕ ਅੱਜ ਹੀ ਅਪਾਇੰਟਮੈਂਟ ਲਈ ਕਾਲ ਕਰੋ 0181 407599847787 998835012 ਦੇਸ ਪ੍ਰਦੇਸ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਪੰਜਾਬ ਦੇ ਵਿੱਚ ਬੈਠੇ ਖਾਸ ਤੌਰ ਤੇ ਕੁਆਡ ਯੂਸ ਕਰੂੰਗਾ ਪੰਜਾਬ ਤੋਂ ਬਾਹਰ بیٹھے ਕਿਉਂਕਿ ਸ਼ੋਅ ਅੱਜ ਉਹਨਾਂ ਵਿਦਿਆਰਥੀਆਂ ਤੱਕ ਸੀਮਿਤ ਨਹੀਂ ਜੋ ਪੰਜਾਬ ਦੇ ਵਿੱਚ ਬੈਠੇ ਨੇ ਉਹਨਾਂ ਵਿਦਿਆਰਥੀਆਂ ਨਾਲ ਰਿਲੇਟਡ ਹੈ ਜੋ ਵੀਜ਼ਾ ਲਵਾ ਕੇ ਆਸਟ੍ਰੇਲੀਆ ਦੇ ਵਿੱਚ ਇਸ ਖੁਸ਼ੀ ਦੇ ਦੌਰ ਚ ਗੁਜ਼ਰੇ ਨੇ ਕਿ ਹੁਣ ਸਾਰੀਆਂ ਜਿਹੜੀਆਂ ਉਮੀਦਾਂ ਪੂਰੀਆਂ ਹੋ ਗਈਆਂ ਨੇ ਸੋ ਡੈਡੀਕੇਟਡ ਕਰਨ ਜਾ ਰਹੇ ਹਾਂ ਕਿ ਵੀਜ਼ਾ ਲੱਗਣ ਤੋਂ ਬਾਅਦ ਵੀ ਕੋਈ ਦਿੱਕਤ ਆ ਸਕਦੀ ਹੈ ਜ਼ਿੰਦਗੀ ਦੇ ਵਿੱਚ ਸਾਰੇ ਇਹ ਵਿਦਿਆਰਥੀ ਜਿਹੜੇ ਇਸ ਵਕਤ ਮੇਰੇ ਨਾਲ ਜੁੜੇ ਹੋਏ ਨੇ ਦਰਸ਼ਕ ਨੇ ਉਹਨਾਂ ਨੇ ਕਦੇ ਨਾ ਕਦੇ ਹਿਸਟਰੀ ਜ਼ਰੂਰ ਪੜ੍ਹੀ ਹੋਗੀ ਹਰ ਚੀਜ਼ ਦਾ ਇੱਕ ਇਤਿਹਾਸ ਹੁੰਦਾ ਹੈ ਸੋ ਇਮੀਗ੍ਰੇਸ਼ਨ ਜਿਹੜੀ ਇੰ ਇਮੀਗ੍ਰੇਸ਼ਨ ਦੇ ਕਾਨੂੰਨ ਨੇ ਉਹ ਵੀ ਆਪਣੇ ਆਪ ਦੇ ਵਿੱਚ ਪਿਛਲੇ 10 ਤੋਂ 15 ਸਾਲਾਂ ਦੇ ਵਿੱਚ ਵੱਖ-ਵੱਖ ਜਿਹੜੇ ਰੂਪ ਨੇ ਉਹਨਾਂ ਦੀ ਇੱਕ ਇਤਿਹਾਸ ਜਿਹੜਾ ਹੈਗਾ ਹਿਸਟਰੀ ਤਿਆਰ ਕੀਤੀ ਜਾ ਰਹੀ ਹੈ ਜਦੋਂ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਇੰਡਸਟਰੀ ਵੱਲ ਉਹਦੀ ਹਿਸਟਰੀ ਵੱਲ ਝਾਤ ਮਾਰਦੇ ਆ ਤਾਂ ਕੁਝ ਚੀਜ਼ਾਂ ਸਿੱਖਣ ਨੂੰ ਮਿਲਦੀ ਨੇ ਸੋ ਜਿਹੜਾ ਵਿਦਿਆਰਥੀ ਅੱਜ ਅੱਖਾਂ ਬੰਦ ਕਰਕੇ ਆਸਟ੍ਰੇਲੀਆ ਜਾ ਰਿਹਾ ਉਹਨਾਂ ਲਈ ਬੜਾ ਡੈਡੀਕੇਟਿਡ ਸ਼ੋ ਅਸੀਂ ਕਰਨ ਜਾ ਰਹੇ ਹਾਂ ESS ਗਲੋਬਲ ਦੇ ਗੁਰਿੰਦਰ ਭੱਟੀ ਜੀ ਮੇਰੇ ਨਾਲ ਨੇ ਇਸ ਹਿਸਟਰੀ ਤੋਂ ਬਹੁਤ ਕੁਝ ਸਿੱਖਣਾ ਹੈ ਜਿਨ੍ਹਾਂ ਨੇ ਵੀਜ਼ਾ ਹਲੇ ਲਵਾਉਣਾ ਹੈ ਜਾਂ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਉਹ ਗੱਲਾਂ ਬਾਤਾਂ ਦਾ سلسلہ ਸ਼ੁਰੂ ਕਰਦੇ ਹਾਂ ਸਵਾਗਤ ਹੈ ਤੁਹਾਡਾ ਥੈਂਕ ਯੂ ਵੈਰੀ ਮਚ ਰਣਵੀਜੀ ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਸ਼ਕਾਂ ਨੇ ਇੱਕ ਵਾਰ ਫੇਰ ਸਾਡੀ ਸਾਰੀ ਟੀਮ ਵੱਲੋਂ ਪਿਆਰ ਭਰੀ ਸਟਰੀਵਲ ਜਾਣ ਤੋਂ ਪਹਿਲਾਂ ਥੋੜਾ ਜਿਹਾ ਹੱਥ ਮਾਰਾਂਗੇ ਅੱਜ ਦੀ 573 ਦਾ ਇਸ ਵਕਤ ਸਿਨੈਰੀਓ ਕੀ ਚੱਲ ਰਿਹਾ ਹੈ ਐਸੋਕਸ ਨੇ ਇਹ ਦੇਖਿਆ ਜੁਲਾਈ 2012 ਤੋਂ ਇਹ ਸਿਸਟਮ ਚੱਲ ਰਿਹਾ ਹੈ ਅੱਜ ਦੀ ਡੇਟ ਦੇ ਕੋਈ ਵੀ ਚੀਜ਼ ਦੇ ਅ ਤੱਕ ਕੋਈ ਲੰਬੀ ਛੋਟੀ ਪ੍ਰੋਬਲਮ ਨਹੀਂ ਆਈ ਬਟ ਹਾਂ ਇੱਕ ਚੀਜ਼ ਨੂੰ ਲੈ ਕਰਕੇ ਕਿ ਵੀ ਹੌਲੀ 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 ਜਿਹੜੀ ਡਾਕੂਮੈਂਟੇਸ਼ਨ ਹੈ ওভারਦੀ ਜਾ ਰਹੀ ਹੈ ਯੂਨੀਵਰਸਿਟੀ ਪੁਆਇੰਟ ਆਫ 뷰 ਕਾਫੀ ਨਵੇਂ ਕਾਲਜੇਸ ਕਾਫੀ ਨਵੀਆਂ ਯੂਨੀਵਰਸਿਟੀਆਂ ਕਾਲਜੇਸ ਜਿਨ੍ਹਾਂ ਦੇ ਨਾਲ ਯੂਨੀਵਰਸਿਟੀਆਂ ਦੇ ਅੱਗੇ ਐਗਰੀਮੈਂਟ ਐਮਓਯੂ ਸਾਈਨ ਨੇ ਉਹ ਵੀ ਐਸਬੀਪੀਪੀ ਦੀ ਲਿਸਟ ਆਇਆ ਜੋ ਕਿ ਕਾਫੀ ਸ਼ੂਸ ਪਹਿਲੇ ਸੀ ਆਲਰੇਡੀ ਅਨਾਉਂਸ ਕਰ ਚੁੱਕੇ ਹੋਏ ਹਨ ਹੁਣ ਉਹ ਰੇ ਨਾਲ ਇਹ ਚੀਜ਼ ਹੋਈ ਇਹ ਕਾਫੀ ਇਦਾਂ ਦੀ ਵੀ ਆਪਣਾ ਜਿਹੜੀ ਹੈ ਲੀਗ ਹੈ ਸਟੂਡੈਂਟਸ ਦੀ ਕਿ ਜਿਹੜੇ ਸਿਰਫ ਔਰ ਸਿਰਫ ਕੱਟ ਫੀਸ ਦੇ ਕੇ ਜਾਣਾ ਚਾਹੁੰਦੇ ਕਿ ਮਤਲਬ ਜਿਹਦੇ ਜਿਆਦਾ ਅਫੋਰਡ ਨਹੀਂ ਕਰ ਸਕਤੇ ਕਾਫੀ ਇਦਾਂ ਦੇ ਕਾਲਜਿਸ ਵੀ ਐਸ ਵੀ ਪੀ ਪੀ ਦੇ ਵਿੱਚ ਜਿੰਨਾਂ ਦੀਆਂ ਫੀਸਿਜ਼ ਬੜੀਆਂ ਨੋਮੀਨਲ ਹੈ ਜਿਕਰ ਇੱਕ ਯੂਨੀਵਰਸਿਟੀ ਦੀ 25000 ਡਾਲਰ ਫੀਸ ਹੁੰਦੀ ਹੈ ਉਹ ਯੂ ਕਾਲੇ ਦੀ 15000 ਡਾਲਰ ਫੀਸ ਹੈ ਜਾਂ 18000 ਡਾਲਰ ਫੀਸ ਹੈ ਸੋ ਤਕਰੀਬਨ 5-7000 ਡਾਲਰ ਦਾ ਫਰਕ ਹੈ ਡਾਕੂਮੈਂਟੇਸ਼ਨ ਦੀ ਗੱਲ ਕਰੀਏ ਕਿ ਵੀ ਮੋਸਟ ਆਫ ਦਾ ਜਿਹੜੀਆਂ ਚੰਗੀਆਂ ਯੂਨੀਵਰਸਿਟੀਆਂ ਸਾਰਿਆਂ ਨੇ ਫੰਡਸ ਦੀ ਲੈਣੀ ਸ਼ੁਰੂ ਕੀਤੀ ਹੈ ਕਿ ਵੀ ਉਹਨਾਂ ਨੂੰ ਬਿਫੋਰ ਦੇ ਗਿਵ ਦਾ ਸੀਓਈ ਜਾਂ ਆਪਣਾ ਉਹਨਾਂ ਨੂੰ ਫੰਡਸ ਦੇਖਨੇ ਕਿ ਬੱਚੇ ਦੇ ਸਾਰੇ ਡਾਕੂਮੈਂਟੇਸ਼ਨ ਜੈਨੂਇਨ ਹੈ ਬੱਚੇ ਦੇ ਘਰੇ ਆਮਦਨੀ ਦਾ ਜਿਹੜਾ ਵਾ ਰੋਜ਼ਗਾਰ ਦੇ ਜਿਹੜੇ ਤਰੀਕੇ ਨੇ ਉਹ ਠੀਕ ਹੈਗੇ ਨਹੀਂ ਕਿਤੇ ਇਹ ਤਾਂ ਨਹੀਂਗਾ ਕਿ ਵੀ ਬੱਚੇ ਦੇ ਫਾਦਰ ਦੀ ਆਮਦਨੀ ਹੋਣੀ ਹੈ ਕਿ ਵੀ ਉਹ ਜਿਹੜਾ ਪੂਰੇ ਸਾਲ ਦੀ ਫੀਸ ਦੇ ਇਕੁਇਵਲੈਂਟ ਵੀ ਨਹੀਂ ਸਕਤਾਈ ਹੋ ਰਹੀਗੀ ਸਕਤਾਈ ਇਨ ਦਾ ਟਰਮਸ ਆਫ ਸਿਰਫ ਡਾਕੂਮੈਂਟੇਸ਼ਨ ਦੀ ਮੈਂ ਗੱਲ ਕਰ ਰਹਾ ਉਹ ਯੂਨੀਵਰਸਿਟੀਆਂ ਵੀ ਆ ਕਿ ਜਿਨ੍ਹਾਂ ਨੇ ਕਦੀ ਇੰਟਰਵਿਊ ਵਗੈਰਾ ਕਦੀ ਲੇਤਾ ਨਹੀਂ ਸੀ ਬਟ ਹੁਣ ਕਾਫੀ ਸਟੂਡੈਂਟਸ ਉਹ ਇੰਟਰਵਿਊ ਲੈਣੀ ਸ਼ੁਰੂ ਕਰ ਰਹੇ ਆ ਐਂਡ ਕਰ ਵੀ ਦਿੱਤੇਗੇ ਕਿ ਉਹ ਸਿਰਫ ਇੱਕ ਚੀਜ਼ ਦੇਖਣ ਨੂੰ ਕਿ ਕਿਤੇ ਕੰਪਲਾਈਅੰਸ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਪਿੱਛੇ ਦੀ ਗੱਲ ਹੈ ਇਹ ਦੋ ਹਫਤੇ ਦੋ ਜਾਂ ਤਿੰਨ ਹਫਤੇ ਹੋਇਆ ਮੈਨੂੰ ਕੋਈ ਈਮੇਲ ਆਈ ਸੀ ਉਹਦੇ ਵਿੱਚ ਸਿਡਨੀ ਦੇ ਵਿੱਚ ਜਿੰਨੇ ਵੀ ਐਸਬੀਪੀ ਪ੍ਰੋਵਾਈਡਰ ਸਾਰਿਆਂ ਦੀ ਇੱਕ ਮੀਟਿੰਗ ਹੋਈ ਉਹਦੇ ਵਿੱਚ ਇੱਕ ਚੀਜ਼ ਜਿਹੜੀ ਹੈ ਮੀਟਿੰਗ ਦੇ ਮਿਨਿਟਸ ਜਿਹੜੇ ਹੁੰਦੇ ਹੈ ਕਿ ਇਸ ਡਿਸਕਸ਼ਨ ਦੇ ਵਿੱਚ ਵਿੱਚ ਕੀ ਗੱਲਬਾਤ ਹੋਈ ਉਹ ਸਾਰੇ ਮਿਨਿਟਸ ਆਫ ਮੀਟਿੰਗ ਆਈ ਸੀ ਉਹਦੇ ਵਿੱਚ ਜਿਹੜੀਆਂ ਬਿਲਕੁਲ ਕਰਨਾ ਪੈਰਾਂ ਥਲੇ ਜ਼ਮੀਨ ਕੱਢਣ ਵਨੀ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਐਂਡ ਇਟ ਵਾਸ ਲਾਈਕ ਅੱਛਾ ਚਲੋ ਹੁਣ ਇਹ ਵਾਲੀ ਚੀਜ਼ ਅੱਗੇ ਹੋਣ ਵਾਲੀ ਹੈ ਔਰ ਪਹਿਲੀ ਚੀਜ਼ ਆਈ ਕਿ ਵੀ ਉਹਨਾਂ ਨੇ ਕਿਹਾ ਕਿ ਨੇਪਾਲ ਦੀ ਜਿਹੜੀ ਮਾਰਕੀਟ ਹੈਗੀ ਐਸ ਲਈ ਮੇਜਰਲੀ ਹਾਈ ਡੇਂਜਰ ਏਰੀਆ ਹਾਈ ਰਿਸਕ ਏਰੀਆ ਉਹਨਾਂ ਨੇ ਉਹਨਾਂ ਨੂੰ ਤਕਰੀਬਨ ਆਲਮੋਸਟ ਸਸਪੈਂਡ ਕਰ ਚੁੱਕੇ ਹੁਣ ਅੱਗੇ ਸੈਕੰਡ ਜਿਹੜੀ ਗਈ ਹੈ ਕਿ ਥੋੜਾ ਹੋਰ ਥਲੇ ਗਿਆ ਮੈਂ ਕਿ ਚਲੋ ਜੀ ਆਪਣੇ ਪੰਜਾਬ ਦਾ ਨਾਂ ਨਹੀਂ ਅਜੇ ਵਧੀਆ ਠੀਕ ਹੈ ਕਿ ਅਜੇ ਸਟੂਡੈਂਟ ਹੋਰ ਜਾ ਸਕਦੇ ਗਿਆ ਥੈਨ ਹੋਰ ਥੱਲੇ ਆਇਆ ਹੋਰ ਆਇਆ ਜੀ ਕਿ ਵੀ ਹੁਣ ਅੱਗੇ ਨੇਪਾਲ ਨੂੰ ਸਸਪੈਂਡ ਕਰਤਾ ਦ ਨੈਕਸਟ ਇਜ਼ ਇੰਡੀਆ ਐਨ ਇੰਡੀਆ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਆ ਰਿਹਾ ਹਾਈ ਰਿਸਕ ਏਰੀਆ ਦੇ ਵਿੱਚ ਆਪਣਾ ਪੰਜਾਬ ਕਿ ਜਿਹਦੇ ਵਿੱਚ ਫਰਾਡ ਮੈਰਿਜਸ ਫਰਾਡ ਫੰਡ ਫਰਾਡ ਡਿਪਲੋਮਸ ਐਂਡ ਫੋਰ ਫਰਾਡ ਵਰਕ ਐਕਸਪੀਰੀਅੰਸ ਆਈਡੀਡੇਟਸ ਉਹਨਾਂ ਦੇ ਸਾਹਮਣੇ ਆ ਰਹੇ ਕਿ ਜਿਹਦੇ ਉਹਨਾਂ ਨੇ ਇਹ ਰਿਜ਼ਲਟ ਵੀ ਦੱਸੇ ਕਿ ਉਹਦੇ ਅੱਗੇ ਕੀ ਕੀ ਰਿਜ਼ਲਟ ਆਉਣਗੇ ਜਿਹਦੇ ਅਸੀਂ ਇਸ ਸ਼ੋਅ ਦੇ ਦੌਰਾਨ ਸਾਰੇ ਡੀਪ ਦੇ ਵਿੱਚ ਡਿਸਕਸ ਕਰਾਂਗੇ ਸੈਕਿੰਡ ਜਿਹੜਾ ਹਾਈ ਰਿਸਕ ਏਰੀਆ ਆ ਗਿਆ ਉਹ ਆ ਗਿਆ ਜੀ ਹైదరాబాద్ ਜੋ ਕਹਿੰਦੇ ਜੀ ਪੰਜਾਬ ਤੋਂ ਬਾਅਦ ਜੇਕਰ ਇਹ ਕਿਤੇ ਵੀ ਇਸ ਚੀਜ਼ ਨੂੰ ਲੈ ਕੇ ਕੀ ਡਾਕੂਮੈਂਟੇਸ਼ਨ ਨੂੰ ਲੈ ਕੇ ਸਮੱਸਿਆ ਆਂਦੀ ਹੈ ਹైదరాబాద్ ਦੇ ਵਿੱਚ ਆਂਦੀ ਹੈ ਦੈਨ ਉਹਰੇ ਬਾਅਦ ਚ ਤੀਸਰੇ ਨੰਬਰ ਤੇ ਆਂਦਾ ਗੁਜਰਾਤ ਸੋ ਇਸ ਤਰੀਕੇ ਦੀ ਹੈ ਕਿ ਉਹ ਉਹ ਵਾਲੀ ਮੀਟਿੰਗ ਤੋਂ ਬਾਅਦ ਹਰ ਇੱਕ ਯੂਨੀਵਰਸਿਟੀ ਨੇ ਤੁਸੀਂ ਜੇਕਰ ਅੱਜ ਕਿਸੇ ਬੱਚੇ ਨੇ ਆਪਣੀ ਫੀਸ ਟਰਾਂਸਫਰ ਕੀਤੀ ਹੈ ਕਾਫੀ ਬੱਚੇ ਇਦਾਂ ਦੇ ਵੀ ਹੋਣਗੇ ਜਿਨ੍ਹਾਂ ਨੇ ਜੀਸੀਆਈਟੀ ਵਗੈਰਾ ਲਈ ਅਪਲਾਈ ਕੀਤਾ ਹੈ ਉਹਨਾਂ ਨੂੰ ਇਹ ਮੈਸੇਜ ਮਿਲਿਆ ਹੋਊਗਾ ਕਿ ਜੀ ਸਾਡੀਆਂ ਸੀਟਸ ਫੁੱਲ ਹੋ ਗਈਆਂ ਨੇ ਉਹ ਅੱਗੇ ਕੰਟੀਨਿਊ ਨਹੀਂ ਕਰ ਸਕਦੇ ਉਹਰੇ ਪਿੱਛੇ ਬਿਹਾਈਂਡ ਦ ਕੱਟ ਰੀਜ਼ਨ ਹੋਰ ਨੇ ਕੁਝ ਇੱਕ ਬਹੁਤ ਵੱਡੀ ਹੋਰੀਏ ਬਹੁਤ ਵੱਡਾ ਇੱਕ ਪਲੇਟਫਾਰਮ ਹੈ ਕਿ ਵੀ ਕਾਫੀ ਕਾਲਜਸ ਇਦਾਂ ਦੇ ਵੀ ਹੈ ਕਿ ਜਿਨ੍ਹਾਂ ਦੇ ਯੂਨੀਵਰਸਿਟੀ ਦੇ ਨਾਲ ਟਾਈਪ ਟੁੱਟ ਗਏ ਬਿਕੋਜ਼ ਉਰੇ ਇੱਕ ਰੀਜ਼ਨ ਹੈ ਕਿ ਵੀ 2 ਸਾਲ ਹੋ ਗਿਆ ਜੈਸਪੀਪੀ ਦੇ ਅੰਡਰ ਬੱਚੇ ਉੱਥੇ ਜਾ ਰਿਹਾ ਹੈ ਕੋਈ ਵੀ ਬੰਦੇ ਨੇ ਇਹ ਵਾਲੀ ਚੀਜ਼ ਜਰੀਏ ਕਿ ਸਟੂਡੈਂਟਸ ਦੇ ਰੂਬਰੂ ਜਾਂ ਪੇਰੈਂਟਸ ਦੇ ਰੂਬਰੂ ਨਹੀਂ ਕੀਤੀ ਹੋਗੀ ਕਿ ਜਿਹੜੀ ਅੱਜ ਅਸੀਂ ਇੱਕ ਨਵਾਂ ਇਹ ਕਹਿ ਲੋ ਕਿ ਖੁਲਾਸਾ ਕਰਨ ਜਾ ਰਹੇ ਹਾਂ ਕਿ ਕਾਫੀ ਯੂਨੀਵਰਸਿਟੀਆਂ ਐਂਡ ਕਾਲਜ ਕਾਫੀ ਇਦਾਂ ਦੇ ਕਾਲਜਸ ਹੋ ਗਏ ਜਿਨ੍ਹਾਂ ਦੇ ਯੂਨੀਵਰਸਿਟੀਆਂ ਦੇ ਨਾਲ ਐਮਓਯੂ ਕੈਨਸਲ ਹੋ ਗਏ ਉਰੇ ਪਿੱਛੇ ਇੱਕ ਨਹੀਂ ਹਜ਼ਾਰਾਂ ਰੀਜ਼ਨ ਹੈ ਇੱਕ ਨਹੀਂ ਹਜ਼ਾਰਾਂ ਰੀਜ਼ਨ ਹੈ ਕਿ ਜੀ ਕੰਪਲਾਈਂਸ ਪ੍ਰੋਪਰ ਤਰੀਕੇ ਦੇ ਨਾਲ ਲੀਆ ਹੈ ਜਾਂ ਬੱਚਾ ਉੱਥੇ ਆ ਰਿਹਾ ਹੈ ਹੁਣ ਅੱਜ ਜੇਕਰ ਤੁਸੀਂ ਐਸ ਵੀ ਪੀ ਪੀ ਦੇ ਵਿੱਚ ਜਾਣਾ ਤੁਸੀਂ ਕੱਲਾ ਡਿਪਲੋਮੇ ਜਾਂਦੇ ਹੋ ਤਾਂ 572 ਬੰਦਾ ਹੈ ਆਪਾਂ ਨਾਰਮਲੀ ਤੌਰ ਦੇ ਉੱਤੇ ਕਹਿੰਦਾ ਕਿ ਜਦੋਂ ਤੁਸੀਂ ਡਿਗਰੀ ਲਈ ਜਾ ਰਹੇ ਹੋ ਤੇ ਡਿਗਰੀ ਦੇ ਵਿੱਚ ਪਿੱਛੇ ਆਪਣਾ ਸਪੋਰਟ ਯੂਨੀਵਰਸਿਟੀ ਦੀ ਚਾਹੀਦੀ ਹੈ ਸੋ ਹੁਣ ਜਿਹੜਾ ਇਹ ਨਵੀਂ ਲਿਸਟਾਂ ਤੋਂ ਪਹਿਲੇ ਦੀ ਗੱਲ ਕਰ ਰਿਹਾ ਸੋਰੇ ਵਿੱਚ ਕਿ ਡਿਪਲੋਮਾ ਦੇ ਨਾਲ ਅੱਗੇ ਡਿਗਰੀ ਲੱਗਦੀ ਹੈ ਤੇ ਬੱਚਾ ਐਸਪੀਪੀ ਲਈ ਅਪਲਾਈ ਕਰਦਾ ਕਹਿੰਦਾ ਜੀ ਇੱਕ ਦਿਨ ਪੁਰਾਣਾ ਫੰਡ ਹੈ ਹੁਣ ਬੱਚਾ ਉੱਥੇ ਜਾ ਰਿਹਾ ਡਿਪਲੋਮਾ ਕਰਨ ਵਾਸਤੇ ਉਹ ਡਿਪਲੋਮਾ ਆਪਣਾ 6 ਮਹੀਨੇ ਹੀ ਜਾਂ 1 ਸਾਲ ਦਾ ਕੰਪਲੀਟ ਕਰਕੇ ਕਿਤੇ ਹੋਰ ਸਵਿਚ ਕਰ ਜਾਂਦਾ ਬਟ ਜੇਕਰ ਟੈਕਨੀਕਲੀ ਦੇਖਿਆ ਜਾਵੇ ਕਿ ਬੱਚੇ ਦਾ ਵੀਜ਼ਾ ਉਸ ਡਿਪਲੋਮੇ ਕਰਕੇ ਨਹੀਂ ਲੱਗਾ ਉਸ ਜੋਨੇ ਕਮੈਂਟ ਕੀਤਾ ਸੀ ਸੋ ਯੂਨੀਵਰਸਿਟੀ ਨੂੰ ਤੇ ਉਹਨੇ 1000 2000 ਡਾਲਰ ਦਾ ਆਪਣਾ ਡਿਪੋਜ਼ਿਟ ਦੇ ਦਿੱਤਾ ਹੁਣ ਉਹ ਜੇਕਰ ਉਹ ਤੇ ਚੇਂਜ ਕਰ ਦਿੰਦਾ ਜੀ ਇਹ ਵਾਲਾ ਕਾਲਜ ਕਹਿੰਦਾ ਕਿ ਮੈਂ ਹੁਣ ਤੈਨੂੰ ਬੱਚਾ ਨਹੀਂ ਦੇ ਸਕਦਾ ਕਿਉਂਕਿ ਮੇਰਾ ਬੱਚਾ ਕਿਤੇ ਹੋਰ ਚਲਾ ਗਿਆ ਮੀਰੀ ਹੋਰੀ ਬਾਉਂਡੇਸ਼ਨ ਉਹਨੂੰ ਕਿਹਾ ਸੀ ਕਿ 6 ਮਹੀਨੇ ਬਾਅਦ ਤੂੰ ਚੇਂਜ ਕਰ ਸਕਦਾ ਜਾਂ ਸਾਲ ਬਾਅਦ ਕਰ ਸਕਦਾ ਉਹਨੇ ਲੀਗਲੀ ਲੈਵਲ ਨਾ ਚੇਂਜ ਕਰਦੇ ਕਿਉਂਕਿ ਵੀਜ਼ਾ 'ਚ ਵੀ ਕੋਈ ਇਫੈਕਟ ਨਹੀਂ ਆਇਆ ਲੈਵਲ ਨਾ ਚੇਂਜ ਕਰਦੇ ਆਪਣੀ ਸਬਕਲਾਸ ਨਾ ਚੇਂਜ ਕਰਦੇ ਹੋਏ ਆਪਣਾ ਜਿਹੜਾ ਵੈ ਕਿਸੇ ਹੋਰ ਕਾਲਜ ਚ ਲੈ ਲੈ ਜਿੱਥੇ ਉਹਨੂੰ ਪੈਸੇ ਵਨੋਂ ਫਾਇਦਾ ਹੋ ਰਿਹਾ ਕਿ ਉਹਦੀ ਐਜੂਕੇਸ਼ਨ ਵੀ ਆਪਣਾ ਸਫਰ ਨਾ ਕਰੇ ਇਹ ਇੱਕ ਲੀਗ ਦੂਜੀ ਇਦਾਂ ਦੀ ਵੀ ਲੀਗ ਵੀ ਹੈ ਕਿ ਵੀ ਜਿਹਦੇ ਉੱਥੋਂ ਦੇ ਜਾ ਕੇ ਉਹ ਉੱਥੇ ਕਾਫੀ ਮੈਂ ਕਾਫੀ ਸ਼ੋਸ ਦੇ ਵਿੱਚ ਗਿਆ ਕਿ ਉੱਥੇ ਜਿਹੜੇ ਟੈਕਸੀ ਡਰਾਈਵਰ ਵੀ ਉਹ ਵੀ ਮਾਰਾ ਏਜੰਟ ਬਣੇ ਹੁੰਦੇ ਸੋ ਉਹ ਜਿਹੜੀ ਹੈ ਕਿ ਵੀ ਉਹ ਕਾਫੀ ਸਲਾਵਾ ਜਾਂਦੇ ਲੈ ਤੇਰਾ ਭਰਾ ਨਹੀਂ ਪੱਕਾ ਆ ਤੂੰ ਟੈਨਸ਼ਨ ਨਾ ਲੈ ਐਵੇਂ ਇੱਥੇ ਪੜਨ ਦੀ ਲੋੜ ਨਹੀਂ ਗਈ ਆਪਾਂ ਬੈਠੇ ਹੋਏ ਆ ਤੂੰ ਆ ਛੋਟੇ ਕਾਲਜ ਦੇ ਐਡਮਿਸ਼ਨ ਲੈ ਲੈ ਉਹ ਕੀ ਕਰਦੇ ਆ ਮੁੰਡੇ ਕਿ ਜਿਹਦੇ ਆਲਰੇਡੀ ਪੁਰਾਣੇ ਆ ਉਹ ਆਪਣੇ ਜਿਹੜੇ ਨ ਡਾਲਰ ਫੀਸ ਹੁੰਦੀ ਹੈ ਤੇ 1000 ਡਾਲਰ ਉਹਨੂੰ ਆਪਣਾ ਜਿਹੜਾ ਮੁੰਡਾ ਲੈ ਕੇ ਗਿਆ ਉਹਨੂੰ ਆਟੋਮੈਟਿਕਲੀ ਕਮਿਸ਼ਨ ਆ ਜਾਂਦੀ ਹੈ ਜਿਹੜਾ ਬੰਦਾ 10 ਦਿਨਾਂ ਚ ਹੀ ਆਪਣਾ 15 ਦਿਨਾਂ ਚ ਹੀ 1000 ਡਾਲਰ ਕਮਾਰੇ ਨੂੰ 15 ਦਿਨਾਂ ਚ 1000 ਡਾਲਰ ਮਿਲੇ ਉਹ ਇਦਾਂ ਦੀ ਸਲਾਹ ਕਿਉਂ ਨਹੀਂ ਦੇਗਾ ਬਿਲਕੁਲ ਤਾਂ ਹੋਗਾ ਸੋ ਜਿਹੜੀ ਉੱਥੇ ਹੁੰਦੀ ਹੈ ਜਿਸ ਕਰਕੇ ਮੇਜਰ ਲੋਕੀ ਆਪਣਾ ਜਿਹੜਾ ਪਾਥ ਹੈ ਉਰ ਤੋਂ ਨਿਕਲ ਜਾਂਦੇ ਆਪਾਂ ਗੱਲ ਕਰ ਰਹੇ ਸੀ ਯੂਨੀਵਰਸਿਟੀਆਂ ਦੇ ਟਾਈਪ ਖਤਮ ਹੋਦੀ ਸੋ ਇਦਾਂ ਯੂਨੀਵਰਸਿਟੀਆਂ ਨੇ ਆਪਣੇ ਹੱਥ ਖਿੱਚਨੇ ਕਾਫੀ ਕਾਲਜਿਸ ਤੋਂ ਆਪਣਾ ਪਿੱਛੇ ਕਰਦੇ ਚਾਹੇ ਬੱਚਿਆਂ ਦੀ ਫੀਸਾ ਕਾਫੀ ਇਦਾਂ ਦੇ ਵੀ ਕੇਸਿਸ ਆਏ ਐ ਕਿ ਵੀ ਜਿੰਨਾ ਦਾ ਫੀਸਾ ਟਰਾਂਸਫਰਡ ਸੀ ਸੀਓਈ ਨਹੀਂ ਆਈ ਤੇ ਉਹਨਾਂ ਨੂੰ ਹੁਣ ਦੁਬਾਰਾ ਪੈਸੇ ਵਾਪਸ ਮਗਾ ਕੇ ਕਿ ਤਾ ਖੁਰਸੀ ਲੈਣੀ ਵੀ ਕਾਫੀ ਇਦਾਂ ਦੇ ਕਾਲਜਿਸ ਐ ਕਿ ਜਿਹੜੇ ਟੈਪ ਕਾਲਜਸ ਦੀ ਗੱਲ ਕਰੂੰਗਾ ਜਾਂ ਇੱਕ ਦੋ ਹੋਰ ਕਾਲਜਸ ਹੈ ਕਿ ਜਿਹਨਾਂ ਦਾ ਟੈਪ ਕੈਨਸਲ ਹੋਇਆ ਬਿਕੋਜ਼ ਆਫ ਐਨੀ ਐਕਸ ਰੀਜ਼ਨ ਇੱਕ ਯੂਨੀਵਰਸਿਟੀ ਨੇ ਜੇ ਸਾਥ ਛੱਡੇ ਤੇ ਉਹਨਾਂ ਕੋ ਦੂਸਰੀ ਯੂਨੀਵਰਸਿਟੀ ਬੈਕਅਪ ਵਾਸਤੇ ਗਈ ਸੀ ਕਿ ਜਿਹਦੇ ਸਟੂਡੈਂਟ ਉਹਨਾਂ ਦੇ ਨਵੇਂ ਆ ਰਹੇ ਹੈ ਜਾਂ ਜਿੰਨਾਂ ਸਟੂਡੈਂਟਾਂ ਦਾ ਵੀਜ਼ਾ ਪ੍ਰੋਸੈਸ ਦੇ ਵਿੱਚ ਹੈ ਘਟੋ ਘਟ ਉਹ ਵਾਲੇ ਸਟੂਡੈਂਟ ਸਫਰ ਨਾ ਕਰਨ ਸੋ ਇਹ ਵਾਲੀਆਂ ਛੋਟੀਆਂ ਛੋਟੀਆਂ ਜਿਹੜੀਆਂ ਤਬਦੀਲੀਆਂ ਬਟ ਇਹ ਹੱਗੇ ਬੜੇ ਸੀਰੀਅਸ ਹੈ ਬਹੁਤ ਜ਼ਿਆਦਾ ਸੀਰੀਅਸ ਇਸ਼ੂਜ਼ ਹੈ ਕਿ ਆਉਣ ਵਾਲਾ ਜਿਹੜਾ ਟਾਈਮ ਹੈ ਜੁਲਾਈ 2014 ਤੋਂ ਬਾਅਦ ਕਿਸ ਤਰੀਕੇ ਯੂਥ ਨੂੰ ਇਫੈਕਟ ਕਰ ਸਕਦਾ ਹੈ ਬਾਹਰ ਜਾਣ ਵਾਲੇ ਜਿਹੜੇ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ ਕਿਸ ਤਰੀਕੇ ਸਪਾਊਸ ਕੇਸਿਸ ਨੂੰ ਇਫੈਕਟ ਕਰ ਸਕਦਾ ਹੈ ਕਿਸ ਤਰੀਕੇ ਜਿੱਦਾਂ ਹੀ ਆਮ ਤੌਰ ਤੇ ਕਿੰਨੇ ਕਿ ਫੰਡਸ ਜੀ ਫੰਡਸ ਦੀ ਪ੍ਰੋਬਲਮ ਹੈ ਜੀ ਫੰਡਸ ਨਹੀਂ ਕਿ ਉਹਨਾਂ ਨੂੰ ਕਿਦਾਂ ਇਫੈਕਟ ਕਰ ਸਕਦਾ ਹੈ ਕਿ ਜੀ 12ਵੀਂ ਕੀਤਾ ਦੋ ਸਾਲ ਹੋ ਗਏ ਤਿੰਨ ਸਾਲ ਹੋ ਗਏ ਬਟ ਹਾਂ ਸੀ ਕਿ ਡਿਪਲੋਮਾ ਕੀਤਾ ਉਹ ਵਾਲੇ ਸਟੂਡੈਂਟਸ ਨੂੰ ਕਿਦਾਂ ਇਫੈਕਟ ਕਰ ਸਕਦਾ ਹੈ ਸਟੂਡੈਂਟ ਕਹਿੰਦਾ ਜੀ ਕਿ ਮੈਂ ਫਾਦਰ ਦੇ ਨਾਲ ਕੰਮ ਕਰਦਾ ਸੀ ਮੇਰੇ ਕੋਲ ਵਰਕ ਐਕਸਪੀਰੀਅੰਸ ਹੈ ਔਰ ਉਸ ਤਰੀਕੇ ਨੂੰ ਕਿਸ ਤਰੀਕੇ ਇਫੈਕ ਇਰੇ ਵਿੱਚ ਆ ਗਏ ਸੋ ਕਿਹੜਾ ਇਹ ਕਿ ਆਉਣ ਵਾਲਾ ਸਮਾਂ ਜੁਲਾਈ 2014 ਤੱਕ ਤੇ ਠੀਕ ਹੈ ਜੁਲਾਈ 2014 ਤੋਂ ਬਾਅਦ ਦੇ ਜਿਹੜੇ ਇੰਟੈਕਸ ਹੈ ਆਉਣ ਵਾਲਾ ਸਮਾਂ ਅੱਜ ਤੱਕ ਅਨਾਉਂਸਮੈਂਟ ਮੈਂ ਪਹਿਲੇ ਹੀ ਕੀਤੀ ਹੈ ਯਾ ਹਮੇਸ਼ਾ ਕਿ ਆ ਚੀਜ਼ ਹੋਣ ਵਾਲੀ ਹੈ ਜਿਹੜੇ ਮੇਰੇ ਰੈਗੂਲਰ ਈਵਰਸ ਹੈ ਉਹਨਾਂ ਨੂੰ ਪਤਾ ਜਦੋਂ ਹੁੰਦੀ ਹੈ ਮੈਂ ਫੇਰ ਦੁਬਾਰਾ ਕਹਿੰਦਾ ਇਹ ਵਾਲੇ ਦਿਨ ਕਹੀ ਸੀ ਅੱਜ ਦਾ ਦਿਨ ਨੋਟ ਕਰ ਲਓ ਜੁਲਾਈ 2014 ਤੋਂ ਬਾਅਦ ਆਵਲੀਆਂ ਚੀਜ਼ਾਂ ਜਿਹੜੀਆਂ ਮੈਂ ਡਿਸਕਸ ਕੀਤੀਆਂ ਔਰ ਅਨਬੀਰ ਜੀ ਜਿਸ਼ੂ ਦਾ ਸਮਾਂ ਬਚੇਗਾ ਤੇ ਆਪਾਂ ਜ਼ਰੂਰ ਇਸਕਸ ਕਰਾਂਗੇ ਜਿਹੜੇ ਵੀ ਸਪਾਊਸ ਕੇਸ ਜਾਇਆ ਜਾਂ ਜਿਨ੍ਹਾਂ ਨੂੰ 92 ਵਿੱਚ 2 ਸਾਲ ਹੋ ਗਏ ਐ ਫੰਡਸ ਦੇ ਵਿੱਚ ਸਮੱਸਿਆ ਹੈ ਜੁਲਾਈ 2014 ਤੋਂ ਬਾਅਦ ਉਹ ਲੋਕਾਂ ਨੂੰ ਮੇਜਰ ਪ੍ਰੋਬਲਮ ਫੇਸ ਕਰਨੀ ਪੈ ਸਕਦੀ ਹੈ ਜਾਂ ਜਿਨ੍ਹਾਂ ਦੇ ਆਲਜ਼ ਵਿੱਚ ਬੈਂਡ 1 ਤੋਂ 4.5 ਜਾਂ 2 ਤੋਂ 4.5 ਹੈ ਓਵਰਆਲ ਘਟਪੈਂਡ ਉਹ ਸਾਰੇ ਸਟੂਡੈਂਟਸ ਨੂੰ ਕਿਉਂਕਿ ਹੋਰ ਜ਼ਿਆਦਾ ਹੁਣ ਜਿਹੜਾ ਵਾ ਉਹ ਆਸਟ੍ਰੇਲੀਅਨ ਜਿਹੜੇ ਹੈਗੇ ਐ ਇਸ ਵੇਲੇ ਸਰਕਾਰ ਉਹ ਥੋੜਾ ਜਿਹਾ ਐਸ ਵੀ ਪੀ ਇਹ ਜਿਹੜੇ ਇੰਸਟੀਟਿਊਟਸ ਆ ਉਹਨਾਂ ਉੱਤੇ ਸ਼ਿਕੰਜਾ ਕਸਨ ਨੂੰ ਕਿ ਕੰਪਲਾਈਂਸ ਉਹ ਆਪਣੀ ਪੂਰੀ ਕਰਨ ਸ਼ਿਕੰਜਾ ਕਸਨ ਦਾ ਮਤਲਬ ਹੈ ਕਿ ਕੰਪਲਾਈਂਸ ਆਪਣੀ ਪੂਰੀ ਕਰਨ ਪ੍ਰ ਟਾਈਮ ਲੱਗਦਾ ਲੱਗ ਜੇ ਕੋਈ ਸਮੱਸਿਆ ਨਹੀਂ ਬਟ ਕੰਪਲਾਈਅੰਸ ਪੂਰੀ ਹੋਣੀ ਚਾਹੀਦੀ ਹੈ ਸੋ ਉਹ ਆਉਣ ਵਾਲੇ ਟਾਈਮ ਦੇ ਵਿੱਚ ਸਟੂਡੈਂਟਸ ਨੇ ਇਫੈਕਟ ਕਰੇਗਾ ਗੁਰਿੰਦਰ ਜੀ ਤਿੰਨ ਮੇਜਰ ਇਸ਼ੂ ਨੇ ਚੌਥਾ ਮੈਂ ਨਾਲ ਜੋੜਨਾ ਚਾਹੂੰਗਾ ਜਦੋਂ ਪਹਿਲਾਂ ਸਸਪੈਂਡ ਹੋਇਆ ਹੈ ਇੰਡੀਆ ਜਾਂ ਖਾਸ ਤੌਰ ਤੇ ਪੰਜਾਬ ਕਹਿ ਲਈ ਅਸੀਂ ਪੰਜਾਬ ਕਹਾਂਗੇ ਕਿਉਂਕਿ ਨੁਕਸਾਨ ਸਭ ਤੋਂ ਵੱਧ ਪੰਜਾਬ ਦਾ ਹੋਇਆ ਉਹਦੇ ਵਿੱਚ 4-3-4 ਮੇਜਰ ਕਾਰਨ ਸੀਗੇ ਕਿ ਕੰਟਰੈਕਟ ਮਰਜਸ ਸੀਗੇ ਜੈਲੀ ਫੰਡ ਸੀਗੀ ਜਦੋਂ ਹੁਣ ਨਵਾਂ ਐਸਵੀਪੀ ਰੂਲ ਆਇਆ ਸੀ ਤੇ ਵਿੱਚ ਜੀਟੀ ਤਹਿਤ ਸਪਾਸ ਕੇਸ ਨੂੰ ਆਇਲਸ ਨੂੰ ਫੰਡਸ ਨੂੰ ਤੇ ਐਕਸਪੀਰੀਅੰਸ ਨੂੰ ਬੜਾ ਮਨੀੂਟਲੀ ਦੇਖਿਆ ਜਾ ਰਿਹਾ ਸੀ ਜਿਹੜੀ ਤੁਸੀਂ ਮੁੱਦਾ ਉਠਾਇਆ ਸੀ ਕਿ ਇੱਕ ਮੇਲ ਆਈ ਹੈ ਜਿਹਾ ਉਧਰ ਜਿਹੜਾ ਇੱਕ ਖਲਬਲੀ ਮਚੀ ਐ ਇਸ ਚੀਜ਼ ਦੀ ਕਿ ਉਹੀ ਸਿਸਟਮ ਸ਼ੁਰੂ ਹੋ ਗਿਆ ਹੈ ਜੀਟੀਈ ਚ ਵਿਦਿਆਰਥੀ ਫਾਲ ਕਰ ਰਿਹਾ ਕਰਵਾਇਆ ਜਾ ਰਿਹਾ ਕਰ ਨਹੀਂ ਰਿਹਾ ਉਹ ਕਰ ਰਿਹਾ ਹੁਣ ਇਤਿਹਾਸ ਤੇ ਝਾਤ ਮਾਰਦੇ ਹਾਂ 2007-08 ਚ ਜਦੋਂ ਅਸੀਂ ਸਸਪੈਂਡ ਹੋਏ ਹਾਂ ਅੱਜ ਵੀ ਉਹੀ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕੌਨਟਰੈਕਟ ਮੈਰਿਜਸ ਸ਼ੁਰੂ ਹੋ ਗਈ ਹੈ ਆਇਲਸ ਜਿਹੜੀ ਹੈਗੀ ਐ ਰੋਲਾ ਪੈਣਾ ਸ਼ੁਰੂ ਹੋ ਗਿਆ ਕੋਈ ਗੱਲ ਨਹੀਂ ਵਿਦਆਉਟ ਐਸ ਵੀ ਭੇਜਦਾ ਹਾਲਾਂਕਿ ਉਧਰ ਕੋਈ ਰੂਲ ਐਂਡ ਰੈਗੂਲੇਸ਼ਨਸ ਨਹੀਂ ਆਇਆ ਕਈਆਂ ਦੇ ਵੀਜ਼ੇ ਵੀ ਲੱਗੇ ਨੇ ਚੰਗੀ ਕਿਸਮਤ ਨੂੰ ਜੋ 2006-7 ਚ ਹੋਇਆ ਸੀ ਕਿ ਜਾਲੀ ਫੰਡ ਕੀਤੇ ਚੰਗੀ ਕਿਸਮਤ ਨੂੰ ਵੀਜ਼ੇ ਲੱਗੇ ਪਰ ਮਾੜੀ ਕਿਸਮਤ ਕੀ ਹੋਈ ਸੀ ਉਹ ਤੁਹਾਡੇ ਤੋਂ ਸੁਣਨੀ ਚਾਹਾਂਗੇ ਫੰਡਸ ਜਾਲੀ ਕੀਤੇ ਸੀਗੇ ਐਕਸਪੀਰੀਅੰਸ ਜਾਲੀ ਦਿਖਾਏ ਸੀਗੇ ਹੁਣ ਅੱਜ ਦੀ ਡੇਟ 'ਚ ਸਵਾਲ ਜਿਹੜਾ ਖੜਾ ਹੈ ਜਿਸ ਕਰਕੇ ਸ਼ੋਅ ਸ਼ੁਰੂ ਕੀਤਾ ਸੀ ਮੈਂ ਕਿਹਾ ਸੀ ਕਿ ਵੀਜ਼ੇ ਲੱਗੇ ਨੇ ਸ਼ੋਅ ਨਾਲ ਲਈ ਹੈ ਜਿਹੜੇ ਪੰਜਾਬ 'ਚ ਬੈਠੇ ਨੇ ਜਾਂ ਪੰਜਾਬ ਤੋਂ ਬਾਹਰ ਬੈਠੇ ਨੇ ਪੰਜਾਬ ਬਹੁਤ ਸਾਰਾ ਵਿਦਿਆਰਥੀ ਵਰਗ ਤੁਹਾਡੇ ਭੈਣ ਭਰਾ ਹੁਣੇ ਹੀ ਤਾਜ਼ੇ ਦੋ ਤਿੰਨ ਮਹੀਨੇ ਦੇ ਵਿੱਚ ਵੀਜ਼ੇ ਲਵਾ ਕੇ ਗਏ ਹੋਣੇ ਉਹਨਾਂ ਨੂੰ ਪੁੱਛੋ ਕਿ ਵਰਕ ਐਕਸਪੀਰੀਅੰਸ ਜਾਲੀ ਲਾਇਆ ਕੰਟਰੈਕਟ ਮੈਰਿਜ ਜਾਲੀ ਸੀ ਜਾਂ ਕਿਤੇ ਫੰਡ ਜਾਲੀ ਸੀ ਉਹਨਾਂ ਦੇ ਮਨ ਚ ਇਹ ਚੀਜ਼ ਵਸ ਗਈ ਗੁਰਿੰਦਰ ਜੀ ਕਿ ਵੀਜ਼ਾ ਲੱਗਾ ਪਾਰ ਪਈ ਉਹਨਾਂ ਦੇ ਉੱਪਰ ਪੁਰਾਣਾ ਇਤਿਹਾਸ ਜਿੱਥੋਂ ਮੈਂ ਸ਼ੁਰੂ ਕੀਤਾ ਸੀ ਕਿ ਇਮੀਗ੍ਰੇਸ਼ਨ ਹਿਸਟਰੀ ਜਿਹੜੀ ਹੈਗੀ ਇੰਡਸਟਰੀ ਹੈ 2007 8 ਵਾਲੀ ਜੋ ਇਤਿਹਾਸ ਦੁਹਰਾਇਆ ਗਿਆ ਸੀ ਬੱਚਾ ਵਾਪਸ ਆਇਆ 18000 ਉਥੋਂ ਇਹ ਜਿਹੜੀ ਹੁਣ ਲੌਬੀ ਜਾ ਰਹੀ ਹੈ ਉਹ ਫਿਗਰ ਹੈ ਜਿਹਦੀ ਲੈਾਈਡ ਤੇ ਹੈ ਪਰ ਲੱਖਾਂ ਵੱਖ-ਵੱਖ ਹਸਦੇ ਜਿਹੜੇ ਜਿਹੜੇ ਗਲਤ ਏਜੰਟਾਂ ਤੋਂ ਗਲਤ رائے ਲੈ ਕੇ ਇਸ ਵਕਤ ਉੱਤੇ ਪਹੁੰਚ ਗਏ ਨੇ ਪਹਿਲਾਂ ਉਹਨਾਂ ਦੀ ਗੱਲ ਕਰ ਲਈ ਜਿਹੜੇ ਪਹੁੰਚਣਗੇ ਬਾਅਦ ਚ ਕਰਾਂਗੇ ਕੀ ਹੋਏਗਾ ਦੇਖੋ ਇਹ ਇਹਦੇ ਵਿੱਚ ਨਾ ਇੱਕ ਚੀਜ਼ ਸਮਝਾਣੀ ਚਾਹਾਂਗਾ ਕਿ ਮੇਰੀ ਆਪਣੀ ਰਿਸਰਚ ਇਨ ਡੈਪਥ ਸਟੱਡੀਜ਼ ਮੈਂ ਫਿਗਰਸ ਐਂਡ ਫੈਕਟਸ ਦੇ ਉੱਤੇ ਜਾਨਾ ਇਹ ਨਹੀਂ ਕਿ ਵੀ ਕਿਸੇ ਨੇ ਕੋਈ ਗੱਲ ਕਹਿ ਲਈ ਉਹ ਸੁਣ ਲਈ ਫਿਗਰ ਐਂਡ ਫੈਕਟਸ ਮੇਰੇ ਕੋ ਫਾਈਲਸ ਦੇ ਵਿੱਚ ਜਿਹਦੀ ਮੇਰੀ ਰਿਸਰਚ ਫਾਈਲ ਹੈ ਉਹਰੇ ਵਿੱਚ ਹੈ ਉਹਰੇ ਬੇਸਿਸ ਦੇ ਉੱਤੇ ਅੱਗੇ ਅਸੀਂ ਡਿਵ ਆਸਟ੍ਰੇਲੀਆ 2006 ਤੋਂ ਲੈ ਕੇ 2009 ਤੱਕ ਜਿਹੜੇ ਵੀ ਬੰਦੇ ਤੁਹਾਡੇ ਰਿਸ਼ਤੇਦਾਰ ਆਸਟ੍ਰੇਲੀਆ ਬੈਠੇ ਆ ਹਰ ਇੱਕ ਪੰਜਾਬ ਦੇ ਘਰ ਚ ਹਰ ਕਿਹੇ ਘਰ ਨੂੰ ਹਰ ਕਿਸੇ ਘਰ ਨੂੰ ਜਿਹੜਾ ਇਸ ਵੇਲੇ ਸ਼ੋਅ ਦੇਖ ਰਿਹਾ ਇੱਕ ਬੰਦਾ ਆਸਟ੍ਰੇਲੀਆ ਤੇ ਜ਼ਰੂਰ ਜਾਂਦਾ ਹੋਗਾ ਦੂਰੋਂ ਨੇੜਿਓਂ ਚਾਹੇ ਉਹਨਾਂ ਨਾਲ ਰਿਸ਼ਤੇਦਾਰੀ ਆ ਯਾਰੀ ਦੋਸਤੀਆਂ ਸਾਸਰੀ ਘਾਲ ਹੈ ਜਾਂ ਕਿਸੇ ਦੇ ਥਰੂ ਸਾਸਰੀ ਘਾਲ ਆ ਜਾਣਦਾ ਜ਼ਰੂਰ ਹੋਗਾ ਆਸਟ੍ਰੇਲੀਆ 'ਚ ਇਹ ਮੇਰੀ ਗਾਰੰਟੀ ਹੈ ਉਸ ਬੰਦੇ ਨੂੰ ਫੋਨ ਚੱਕੋ ਇੱਕ ਚੀਜ਼ਾਂ ਤਿੰਨ ਚਾਰ ਚੀਜ਼ਾਂ ਜਿਹੜੀਆਂ ਮੈਂ ਬੋਲਣ ਜਾ ਰਿਹਾ ਉਹ ਪੁਆਇੰਟ ਨੋਟ ਕਰੋ ਇੱਕ ਚੀਜ਼ ਪੁੱਛਣਾ ਐਂਡ ਦੈਨ ਆਪਣੇ ਆਪ ਆਪਣੇ ਸਵਾਲ ਜਿਹੜੇ ਤੁਹਾਡੇ ਦਿਮਾਗ 'ਚ ਚੱਲ ਰਹੇ ਉਹਦਾ ਜਵਾਬ ਮਿਲੇਗਾ ਪਹਿਲਾ ਸਵਾਲ 2006 ਤੋਂ 9 'ਚ ਜਿੰਨੀ ਵੀ ਪੰਜੀਰੀ ਉੱਥੇ ਗਈ ਸੀ ਹਰ ਇੱਕ ਬੰਦਾ ਡਿਪਲੋਮਾ ਇਨ ਹਸਪੀਟੈਲਿਟੀ हेयर ਡਰੈਸਿੰਗ ਕਮਿਊਨਿਟੀ ਸਰਵਿਸੇਸ ਬੇਕਰੀ ਕੁੱਕਰੀ ਪੈਟਿਸਟਰੀ ਆਹ ਵਾਲੇ ਕੋਰਸਸ ਕਰਨ ਲਈ ਮੇਜਰਲੀ ਜਿਹੜਾ ਵਾਕੇ ਉੱਥੇ ਆਸਟ੍ਰੇਲੀਆ ਦੇ ਵਿੱਚ ਗਏ ਪ੍ਰਾਈਵੇਟ ਕਾਲਜਿਸ ਦੇ ਵਿੱਚ ਅੰਡਰ ਸਬਕਲਾਸ 572 ਕੋਈ ਮਾੜੀ ਗੱਲ ਨਹੀਂ ਬਹੁਤ ਵਧੀਆ ਹੈ ਕਿਉਂਕਿ ਇਹ ਬੜੀ ਹੀ ਘੱਟ ਫੀਸ ਦੇ ਵਿੱਚ ਇੱਕ ਵੋਕੇਸ਼ਨਲ ਐਜੂਕੇਸ਼ਨ ਮਿਲ ਰਹੀ ਸੀ ਇੱਕ ਕੁਆਲਿਫਿਕੇਸ਼ਨ ਮਿਲ ਰਹੀ ਸੀ ਕਿ ਜਿਹੜੇ ਬੇਸਿਸ ਦੇ ਉੱਤੇ ਸਰਕਾਰ ਵੱਲੋਂ ਇੱਕ ਲਿਸਟ ਗਈ ਸੀ ਕਿ ਵੀ ਸਟੂਡੈਂਟ ਪੱਕੇ ਕਿਤੇ ਜਾਣਗੇ 2010 ਦਾ ਇੱਕ ਸਮਾਂ ਆ 2009 ਦੇ ਵੀ ਥੋੜੀ ਜਿਹੀ ਹਿਲਜੁਲ ਹੋਣੀ ਸ਼ੁਰੂ ਹੋਈ ਕਿ ਬਲਰ ਛੋਟਾ ਜਿਹਾ ਕਹਿਣੋ ਕਿ ਪੁਚਾਲ ਦਾ ਚੌਂਕਾ ਆ ਬਟ ਉਹਨ ਕਿਸੇ ਨੇ ਜ਼ਿਆਦਾ ਫੀਲ ਨਹੀਂ ਕੀਤਾ 2009 ਦੇ ਵਿੱਚ ਇੱਕ ਚੀਜ਼ ਆਈ ਕਿ ਐਮਓਡੀਐਲ ਲਿਸਟ ਜਾਰੀ ਹੋਈ ਹੈ ਔਰ ਚਾਹਨਾ ਤਿੰਨ ਚਾਰ ਕੈਟੇਗਰੀਜ਼ ਕੱਢਤੀਆਂ ਬਟ ਮੋਸਟ ਆਫ ਦਾ ਕੈਟੇਗਰੀਜ਼ ਉੱਥੇ ਹੈ ਸਟੂਡੈਂਟ ਕਹਿੰਦੇ ਕੋਈ ਗੱਲ ਨਹੀਂ ਜੀ ਫੇਰ ਕੀ ਹੋਇਆ ਜੇ ਇਹ ਕੈਟੇਗਰੀ ਨਿਕਲ ਗਈ ਅਸੀਂ ਕੋਰਸ ਚੇਂਜ ਕਰ ਲਿਆ ਕੋਰਸ ਚੇਂਜ ਕਰ ਲਿਆ ਕੋਲਿਜੀ ਚੇਂਜ ਕਰ ਲਏ ਕੋਰਸਸ ਸਵਿਚ ਕਰ ਲਏ ਹੁਣ ਜਿਹੜੇ ਬੰਦੇ ਆਸਟ੍ਰੇਲੀਆ ਤੋਂ ਗਿਆ ਆ ਇਹ ਉਹਨਾਂ ਦੇ ਮਾਪਿਓ ਜਿਨ੍ਹਾਂ ਦੇ ਬੱਚੇ ਆਸਟ੍ਰੇਲੀਆ ਤੋਂ ਵਾਪਸ ਆਏ ਉਹ ਜੇ ਇਹ ਸ਼ੋਅ ਦੇਖ ਰਿਹਾ ਤੇ ਉਹਨਾਂ ਨੂੰ ਅਸਲੀਅਤ ਐਕਚੁਅਲੀ ਇਹ ਵਾਲੀ ਚੀਜ਼ ਪਤਾ ਕਿ ਇਦਾਂ ਹੀ ਹੋਈ ਸੀ ਉਹਨਾਂ ਨੇ ਉੱਥੇ ਕਾਲਜ ਚੇਂਜ ਕਰ ਲਏ ਤੇ ਉਹ ਜਿਹੜੇ ਪ੍ਰਾਈਵੇਟ ਕਾਲਜ ਸੀ ਉਹਨਾਂ ਅੱਗੇ ਹੱਥ ਪੈਰ ਜੋੜੇ ਕਿ ਜੀ ਤੁਹਾਡਾ ਕਾਲਜ ਹੁਣ ਬੰਦ ਹੋ ਲਗਾ ਤੇ ਆ 2000 ਡਾਲਰ ਲੋ 10000 ਡਾਲਰ ਲੋ ਸਾਨੂੰ ਡਿਪਲੋਮਾ ਬਣਾ ਦਿਓ ਉਹਨਾਂ ਨੇ ਡਿਪਲੋਮਾ ਬਣਾਤੇ ਅਗਲੇ ਕੋਰਸ ਦੇ ਵਿੱਚ ਆ ਗਏ 2009 ਵੀ ਚਲੋ ਜੀ ਕੋਈ ਗੱਲ ਨਹੀਂ ਜੀ ਮਾੜਾ ਟਾਈਮ ਆਇਆ ਫੀਸ ਕੀਤਾ ਨਿਕਲ ਗਏ ਜੀ ਕੋਈ ਗੱਲ ਨਹੀਂ ਅਗਲੇ ਸਾਲ ਉਹਨੂੰ ਪੀਆਰ ਅਪਲਾਈ ਕਰਾਂਗੇ 2010 ਦਾ ਸਮਾਂ ਸੀ ਮੈਂ ਉਸ ਟਾਈਮ ਦੇ ਉੱਤੇ ਆਪ ऑस्ट्रेलिया ਗਿਆ ਸੀ 2010 ਦੇ ਵਿੱਚ ਲਿਸਟ ਜਾਰੀ ਹੋਈ ਕਿ ਵੀ ਔਰੇ ਵਿੱਚ ਉਹਨਾਂ ਨੇ ਕਿਹਾ ਕੁੱਕਰੀ ਬੇਕਰੀ ਹਸਪੀਟੈਲਿਟੀ ਆਤਾ ਡੈਪੈਸਟਰੀ ਕਮਿਊਨਿਟੀ ਸੋਸ਼ਲ ਵਰਕ ਜਿੰਨੇ ਵੀ ਇਹ ਵਾਲੇ ਕੋਰਸੇ ਸਗੇ ਸੀ ਸਾਰੇ ਲਿਸਟ ਤੋਂ ਬਾਹਰ ਕਿਸੇ ਵੀ ਕੁੱਕਰੀ ਇਦਾਂ ਦੇ ਕਿ ਬਲ ਸਾਰੇ ਲਿਸਟੋਂ ਐਮਓਡੀਐਲ ਸਟ ਨਿਕਲਦਾ ਬਾਅਦ 2010 ਦੀ ਕਿ ਵੀ ਸਾਰੇ ਲਿਸਟ ਤੋਂ ਬਾਹਰ ਹੁਣ ਅੱਗੇ ਫਰਦਰ ਜਿਹੜੇ ਬੱਚੇ ਡਿਗਰੀ ਵਾਸਤੇ ਇੱਥੇ ਆਏ ਹੋਏ ਆ ਜਾਂ ਡਿਗਰੀ 2006 9 10 ਦੇ ਵਿੱਚ ਜਿਹੜੇ ਡਿਗਰੀਜ਼ ਲਈ ਉੱਥੇ ਗਏ ਸੀ ਉਹਨਾਂ ਸਟੂਡੈਂਟਸ ਨੂੰ ਉੱਥੇ ਪੱਕਾ ਕੀਤਾ ਜਾਏਗਾ ਕਿਉਂਕਿ ਉਹਨਾਂ ਦੇ ਪੁਆਇੰਟ ਪੂਰੇ ਹੋ ਗਏ ਉਹ ਵਾਲੇ ਬੱਚੇ ਜਿਹੜੇ ਲੱਖਾਂ ਬੱਚਾ ਇਦਾਂ ਦਾ ਸੀ ਕਿ ਵੀ ਜਿੰਨਾ ਇਹ ਉਹ ਪਹਾੜ ਟੁੱਟ ਗਿਆ ਕਿ ਹੁਣ ਗਾਹਾਂ ਕੀ ਕਰੀਏ ਦੋ ਆਪਸ਼ਨ ਆ ਰਹੀਆਂ ਸੀ ਪਹਿਲੀ ਔਰ ਦੋ ਆਪਸ਼ਨ ਆ ਰਹੀਆਂ ਸੀ ਪਹਿਲੀ ਆਪਸ਼ਨ ਇੰਡੀਆ ਵਾਪਸ ਚੱਲ ਜੀ ਦੂਸਰੀ ਆਪਸ਼ਨ ਕਿ ਅੱਜ ਤੋਂ ਦੁਬਾਰਾ ਡਿਗਰੀ ਸ਼ੁਰੂ ਕਰੀਏ 3 ਸਾਲ ਦੀ ਐ 3 ਸਾਲ ਦੀ ਡਿਗਰੀ ਕਰਕੇ ਇਹ ਵੀ ਆ ਡਾਲਰ ਹਰ ਸਾਲ ਦੇ 60000 ਡਾਲਰ ਤਿੰਨਾਂ ਸਾਲਾਂ 'ਚ ਔਰ ਬਾਅਦ ਚ ਫਿਰ ਪੱਕੇ ਹੋਈ ਹੈ ਜੋ ਅੱਜ ਜਿਸ ਤਰੀਕੇ ਐਸ ਵੀ ਪੀ ਚੱਲ ਰਿਹਾ ਹੈ ਤੀਸਰਾ ਆਗਾ ਸੀ ਕਿ ਵੀ ਉਥੇ ਕਾਫੀ ਇਦਾਂ ਦੇ এমপ্লয়ার ਵੀ ਦੇਖਣ ਨੂੰ ਮਿਲੇ ਕਿ ਜਿਨ੍ਹਾਂ ਨੇ ਇਹ ਗੱਲ ਧਿਆਨ ਨਾ ਸੁਨਣਾ ਕਿ ਜਿਨ੍ਹਾਂ ਨੇ এমਪਲੋਇਰ ਸਪਾਂਸਰਾਂ ਵੇਚੀਆਂ 60 60 70 70000 ਡਾਲਰ ਦੀਆਂ ਇੱਕ ਕਾਰੋਬਾਰ ਹੁੰਦਾ ਕਿ ਕਾਰੋਬਾਰਿਕ ਖਰੀਦਿਆ ਉਸ ਉਸ ਸਮੇਂ ਦੀ ਗੱਲ ਕਰ ਰਹੇ ਹਾਂ 2009 ਦਾ ਹੁਣ ਤੇ ਬਹੁਤ ਜ਼ਿਆਦਾ ਰਿਫਾਈਨਡ ਹੋ ਗਿਆ ਸਿਸਟਮ ਕਿ 2010 ਦੇ ਵਿੱਚ ਇੱਕ ਪੀਜ਼ਾ ਕੋਰਨਰ ਜਿਹਾ ਖਰੀਦਿਆ 2 ਲੱਖ ਡਾਲਰ ਦਾ ਆਇਆ ਉਰੇ ਚੋਂ 20 এমਪਲੋਇਰ ਸਪਾਂਸਰਾਂ 55000 ਡਾਲਰ ਦੀਆਂ ਵੇਚ ਦਿੱਤੀਆਂ ਸੋ ਜਿਹੜਾ ਦੋ ਰੱਖਦਾ ਕਾਰੋਬਾਰ ਸੀ ਆਟੋਮੈਟਿਕਲੀ ਤੁਹਾਡਾ ਜਿਹੜਾ ਵਾ ਉਹ ਆਪਣਾ 1 ਮਹੀਨੇ ਪੰਜ ਲੱਖ ਡਾਲਰ ਆਲਰੇਡੀ ਆ ਗਿਆ ਠੀਕ ਹੈ ਜੀ ਐਂਡ ਦੈਨ ਉਹ ਰਿਬਾ ਚੋ ਕਾਰੋਬਾਰ ਦਾ ਕਾਰੋਬਾਰ ਖੜਾ ਐਂਡ ਬੱਚੇ ਉੱਥੇ ਹੱਸ ਕੇ ਪੈਸਾ ਦਿੰਦੇ ਸੀ ਕਿਉਂਕਿ ਰੀਜ਼ਨ ਸੀ ਕਿ ਵੀ ਉੱਥੇ ਇੱਕ ਪਰਮਨੈਂਟ ਉਹ ਆਪਣਾ ਹੋ ਰਹੀ ਸੀ ਨਾਲ ਕਮਾਈ ਹੋ ਰਹੀ ਸੀ ਸੋ ਜਿੱਥੇ ਕਮਾਈ ਹੋ ਰਹੀ ਹੋਵੇ ਉੱਥੇ ਖਰਚਾ ਕਰਨ ਚ ਬੰਦਾ ਡਰਦਾ ਨਹੀਂਗਾ ਪ੍ਰੋਬਲਮ ਇੱਥੇ ਨਹੀਂ ਕਿ ਖਰਚਾ ਕੀਤਾ ਜਾਂ ਨਹੀਂ ਕੀਤਾ ਜਿਹੜੇ ਬੰਦੇ ਅਫੋਰਡ ਕਰਦੇ ਸੀ ਉਹਨਾਂ ਨੇ ਖਰਚਾ ਕੀਤਾ ਜਿਹੜੇ ਬੰਦੇ ਨਹੀਂ ਕਰ ਸਕਦੇ ਸੀ ਉਹ ਵਾਪਸ ਆਣਾ ਪਿਆ ਜਾਂ ਉੱਥੇ ਫੇਰ ਮੁੜ ਕੇ ਡਿਗਰੀਜ਼ ਕੀਤੀਆਂ ਮੈਂ ਇਦਾਂ ਦੇ ਬੱਚਿਆਂ ਨੂੰ ਵੀ ਮਿਲਿਆ ਕਿ ਵੀ ਡਿਪਲੋਮੇ ਕੀਤੇ ਭਾਜੀ 4 ਸਾਲ ਫਾਈਨਲੀ ਡਿਗਰੀ ਕਰਨੀ ਭਈ ਜਿਹੜਾ ਬੰਦਾ ਇੱਥੇ ਆਂਦਾ ਆਪਣੇ ਸ਼ੋਅ ਤੇ ਸਾਨੂੰ ਲੈ ਕੇ ਚੱਲੋ ਅਸੀਂ ਠੋਕੇ ਕਵਾਂਗੇ ਕਿ ਜੀ ਅਸੀਂ ਆਸਟ੍ਰੇਲੀਆ ਤੋਂ ਆਇਆ ਕਿ ਡਿਪਲੋਮੇ ਦੇ ਵਿੱਚ ਨਹੀਂ ਅੱਗੇ ਡਿਗਰੀ ਦੇ ਵਿੱਚ ਕਰੋ ਐਂਡ ਡਿਗਰੀ ਆਪਣੀ ਕੰਪਲੀਟ ਕਰੋ ਫਿਰ ਅਗਰ ਬਾਤ ਚ ਉਹ ਇਗਿਆਨੀ ਵੀ ਲੀਗ ਵੀ ਸਾਹਮਣੇ ਆਈ ਕਿ ਜਿਹੜੀ ਇਹਨਾਂ ਨੇ ਕਿਹਾ ਕਿ ਜੀ ਫੰਡਸ ਲਗਾਏ ਸੀ ਉਹ ਉਸ ਟਾਈਮ ਦੇ ਉੱਤੇ ਭਲਿਆ ਸਮਿਆਂ ਦੇ ਵਿੱਚ ਐਜੂਕੇਸ਼ਨ ਲੋਨ ਲੈਟਰ ਐਜੂਕੇਸ਼ਨ ਲੋਨ ਲੈਟਰ ਏਜੰਟਸ ਦਿੰਦੇ ਸੀ ਥਰਡ ਪਾਰਟੀ ਵੀ ਚੱਲਦੀ ਸੀ ਪ੍ਰੋਪਰ ਥਰਡ ਪਾਰਟੀ ਵੀ ਚੱਲਦੀ ਸੀ ਉਹ ਕੀ ਹੁੰਦਾ ਸੀ ਕਿ ਉਹਨਾਂ ਦੀਆਂ ਵੈਰੀਫਿਕੇਸ਼ਨਸ ਫਿਰ ਜਦੋਂ 2 ਸਾਲ 3 ਸਾਲ ਬਾਅਦ ਆਸਟ੍ਰੇਲੀਆ ਹਾਈ ਕਮਿਸ਼ਨ ਥੋੜੀ ਵਿਲੀ ਹੋਈ ਇੱਕ ਇੱਕ ਡਾਕੂਮੈਂਟ ਦੀ ਉਹਨਾਂ ਨੇ ਵੈਰੀਫਿਕੇਸ਼ਨ ਕਰਨੀ ਸ਼ੁਰੂ ਕੀਤੀ ਜਦੋਂ ਉਹਨਾਂ ਨੇ ਵੈਰੀਫਿਕੇਸ਼ਨ ਕੀਤੀ ਤੇ ਥਰਡ ਪਾਰਟੀ ਦੇ ਵਿੱਚ ਹੁੰਦਾ ਸੀ ਜੀ ਨਾਨਾ ਬਣਾ ਕੇ ਲਾਤਾ ਮਾਮਾ ਬਣਾ ਕੇ ਲਾਤਾ ਤਾ ਉਹਨਾਂ ਨੇ ਬੈਂਕਾਂ ਤੋਂ ਵੈਰੀਫਿਕੇਸ਼ਨ ਕੀਤੀ ਜਿਹਦੀ ਨਾਨੇ ਦੀ ਉਮਰ ਹੈ ਉਹ ਜਿਹੜਾ ਮੁੰਡਾ ਬਾਹਰ ਜਾ ਰਿਹਾ ਵਾ ਔਰ ਤੋਂ 2 ਜਾਂ 4 ਸਾਲ ਹੀ ਵੱਡੀ ਹੈ ਉਹ ਕਹਿੰਦੇ ਵੀ ਆ ਕਿਦਾਂ ਪੋਸੀਬਲ ਹੈ ਹੋਇਆ ਕੀ ਕਿ ਵੀ ਜਿਹੜੇ ਏਜੰਟ ਨੇ ਤੁਹਾਡਾ ਨਾਮ ਹੈ ਜੀ ਸੰਤੋਖ ਸਿੰਘ ਤੁਹਾਡੇ ਫਾਦਰ ਦਾ ਨਾਮ ਹੈ ਗੁਰਬਖਸ਼ ਸਿੰਘ ਤੁਹਾਡੇ ਜਿਹੜਾ ਮੈਂ ਨਾਨੇ ਦਾ ਨਾਮ ਹੈ ਜਸਪਾਲ ਸਿੰਘ ਉਹਨਾਂ ਨੇ ਜੀ ਜੇ ਫਾਦਰ ਦਾ ਨਾਮ ਗੁਰਬਖਸ਼ ਸਿੰਘ ਹੈ ਉਹਨਾਂ ਨੇ ਬੈਂਕ ਕੋਲ ਨੂੰ ਜਿਹੜੇ ਵੀ ਮੈਨੇਜਰਸ ਦੇ ਨਾਲ ੱਟੀ-ਸੱਟੀ ਹੁੰਦੀ ਸੀ ਕਿ ਵੀ ਗੁਰਬਖ ਸਿੰਘ ਦੀ ਸਟੇਟਮੈਂਟ ਲਪਣੀ ਸ਼ੁਰੂ ਕੀਤੀ ਇਹ ਦੇਖਣਾ ਭੁੱਲ ਗਏ ਕਿ ਵੀ ਉਹ ਗੁਰਬਖ ਸਿੰਘ ਦੀ ਡੇਟ ਆਫ ਬਰਥ ਕੀ ਹੈ ਔਰ ਉਹ ਰੈਜ਼ਿਡੈਂਸ ਐਡਰੈਸ ਕੀ ਹੈ ਕਿ ਜੀ ਸਿਰਫ ਨਾਮ ਦੇ ਉੱਤੇ ਖੇਡ ਲਿਆ ਵੀਜ਼ੇ ਲੱਗ ਗਏ ਸ਼ੁਰੂ-ਸ਼ੁਰੂ ਦੇ ਵਿੱਚ ਜਦ ਤੱਕ ਨਹੀਂ ਸੀ ਸਮਝੇਗੀ ਬਟ ਜਦੋਂ ਫੜੇਗੇ ਜਿਹੜੇ ਬੱਚੇ ਉਹ ਵਾਲੀ ਐਜੂਕੇਸ਼ਨ ਐਜੂਕੇਸ਼ਨ ਲੋਨ ਲੈਟਰ ਦਾ ਦੂਸਰਾ ਐਪੀਸੋਡ ਆ ਕਿ ਐਜੂਕੇਸ਼ਨ ਲੋਨ ਲੈਟਰ ਬੱਚੇ ਨੇ ਲਈ ਤੀ ਬਟ ਉਸ ਚੋਂ ਲੋਨ ਡਿਸਪਰਸ ਹੀ ਨਹੀਂ ਹੋਇਆ ਉਸ ਵਿੱਚੋਂ ਲੋਨ ਡਿਸਪਰਸ ਹੀ ਨਹੀਂ ਆਇਆ ਵੀਜ਼ੇ ਲੱਗ ਗਏ ਸਪਾਊਸ ਕੇਸਿਸ ਅਪਲਾਈ ਹੋਏ ਮੈਰਿਜ ਸਰਟੀਫਿਕੇਟ ਆਏ ਫੋਟੋ ਆਈਆਂ ਅਮੈਂਡ ਕਰ ਕਰਕੇ ਵੀਜ਼ੇ ਲੱਗੇ ਹਾਈ ਕਮਿਸ਼ਨ ਜਦੋਂ 2-3 ਸਾਲ ਬਾਅਦ ਵਿਹਲੀ ਹੋਈ ਰਸ਼ ਤੋਂ ਦਿਮਾਗ ਥੋੜਾ ਖਾਲੀ ਹੋਇਆ ਸਾਰੇ ਬੱਚਿਆਂ ਦੇ ਜਿਨ੍ਹਾਂ ਦੇ ਸਪਾਊਸ ਕੇਸਿਸ ਜਿਨ੍ਹਾਂ ਦੇ ਐਜੂਕੇਸ਼ਨ ਲੋਨ ਜਿਨ੍ਹਾਂ ਦੇ ਮਾਮੇ ਚਾਚੇ ਤਾਏ ਨਾਨੇ ਫੁੱਫੜ ਇਹਨਾਂ ਦੇ ਫੰਡ ਲੱਗੇ ਸੀ ਉਹ ਬੱਚੇ ਜਿਨ੍ਹਾਂ ਦੇ ਡਿਪਲੋਮੇ ਲੱਗੇ ਸੀ ਕਿ ਜੀ 12ਵੀਂ ਕੀਤੀ ਹੈ 3 ਸਾਲ ਦਾ ਡਿਪਲੋਮਾ ਕੀਤਾ ਆ ਚਾਰ ਤਰੀਕੇ ਦੀਆਂ ਪ੍ਰੋਫਾਈਲਸ ਨੂੰ ਉਹਨਾਂ ਨੇ ਸਕਰੂਟੀਨੀ ਦੇ ਵਿੱਚ ਪਾਤਾ ਜਦੋਂ ਸਕਰੂਟੀਨੀ ਦੇ ਵਿੱਚ ਪਾਇਆ ਉਹ ਇੱਕ ਇੱਕ ਚੀਜ਼ ਸਾਹਮਣੇ ਨਿਕਲ ਕੇ ਆਈ ਕਿ ਆਹ ਚੀਜ਼ ਗਲਤ ਹੈ ਆਹ ਚੀਜ਼ ਗਲਤ ਹੈ ਪਿੰਡ ਚ ਜਾਂਦੇ ਆ ਜੀ ਆਹ ਫਲਾਣੇ ਦਾ ਮੁੰਡਾ ਜੀ ਆਹ ਕੁੜੀ ਨਾਲ ਵਿਆਹ ਜੀ ਕਹਿੰਦੇ ਜੀ ਅਸੀਂ ਤਾਂ ਸੁਣਿਆ ਹੀ ਨਹੀਂ ਵਿਆਹ ਦਿਉਰਾ ਹੋਇਆ ਹੀ ਨਹੀਂ ਉਹੀ ਗੱਲ ਆਈ ਕੰਟੈਕਟ ਉਹ ਮੁੰਡਾ ਬਾਹਰ ਗਿਆ ਆਪਣੇ ਬੇਸਟ ਗਿਆ ਸੀ ਉਹ ਬਾਹਰ ਕਦੀ ਗਿਆ ਹੀ ਨਹੀਂ ਫੰਡ ਦੀ ਗੱਲ ਆ ਜਾਂਦੀ ਹੈ ਕਿ ਜੀ ਉਹ ਬੈਂਕ ਕੋਲ ਉਹ ਚਿੱਠੀਆਂ ਗਈਆਂ ਉਹ ਬੈਂਕ ਕਹਿੰਦਾ ਜੀ ਅਸੀਂ ਕਦੀ ਇਹ ਲੋਨ ਹੀ ਨਹੀਂ باس ਕੀਤਾ ਸਾਡੇ ਕੋਲ ਨਾਂ ਦੀ ਐਪਲੀਕੇਸ਼ਨ ਹੀ ਨਹੀਂ ਗਈ ਠੀਕ ਹੈ ਜੀ ਉਜਿਹੜੀ ਥਰਡ ਪਾਰਟੀ ਫਰਮ ਸ਼ੋ ਕੀਤਾ ਸੀ ਉਹ ਬੈਂਕ ਕੋਲੋਂ ਵੈਰੀਫਿਕੇਸ਼ਨ ਕੀਤੀ ਉਹ ਕਹਿੰਦੇ ਜੀ ਇਹ ਲੋ ਡਿਟੇਲ ਕਿ ਜੀ ਆ ਗੁਰਬਖਸ਼ ਸਿੰਘ ਆ ਗਿਆ ਰੀ ਡੇਟ ਆਫ ਬਰਥ ਆ ਗਿਆ ਉਹ ਜਿਹੜੀ ਬੱਚੇ ਦੀ ਡੇਟ ਆਫ ਬਰਥ ਵੇਖੀ ਉਹ ਚਾਰ ਪੰਜ ਸਾਲ ਦਾ ਫਰਕ ਹੈ ਹੁਣ ਨਾਨੇ ਔਰ ਆਪਣਾ ਦੋਤੇ ਦੀ ਡੇਟ ਦੇ ਵਿੱਚ ਜਨਮ ਦੀ ਤੀ ਚਾਰ ਪੰਜ ਸਾਲ ਤੇ ਕਦੀ ਨਹੀਂ ਹੋ ਸਕਦਾ ਇਹਨਾਂ ਵੀ ਕੋਰਖਾਲੀ ਉਗਣੀ ਆ ਗਿਆ ਆ ਇੱਕ ਵਾਰ ਸੋਚ ਕੇ ਦੇਖੋ ਬੱਚਾ ਨਾ ਕੀ ਹੋਇਆ ਹੋਣਾ ਜਦੋਂ ਉਹਨਾਂ ਨੇ ਉੱਥੇ ਫਾਈਲਾਂ ਆਪਣੀਆਂ ਲਾਈਆਂ ਆਪਣਾ ਵੀਜ਼ਾ ਅਪਡੇਟ ਕਰਨ ਵਾਸਤੇ ਕਿ ਜੀ ਸਾਡਾ ਦੋ ਸਾਲ ਦਾ ਵੀਜ਼ਾ ਲੱਗਾ ਸੀ ਮੁੱਕ ਗਿਆ ਹੁਣ ਅਸੀਂ ਮੋਰੇ ਅੱਗੇ ਵੀਜ਼ਾ ਲੈਣਾ ਵਾ ਇੱਕ ਪਿਆਰੀ ਜੀ ਈਮੇਲ ਉਹਨਾਂ ਕੋਲ ਚਲੀ ਗਈ ਕਿ ਤੁਹਾਡਾ ਵੀਜ਼ਾ ਕੈਨਸਲ ਹੋ ਗਿਆ ਕਿਉਂਕਿ ਤੁਸੀਂ ਆਹ ਕਾਗਜ਼ ਲਾਇਆ ਸੀ ਜਿਹੜਾ ਤੁਸੀਂ ਉਹ ਅਸੀਂ ਵੈਰੀਫਿਕੇਸ਼ਨ ਕੀ ਹੈ ਐਰੀ ਐਕਸਪਲੇਨੇਸ਼ਨ ਦੇ ਉਠਾਈਆਂ ਦੇਣਾ ਜਾਂ ਕੰਟਰੀ ਛੱਡ ਕੇ ਵਾਪਸ ਚਲ ਜਿਓ ਬੱਚੇ ਕੋਲ ਕੋਈ ਵੀ ਹੋਰ ਰਸਤਾ ਨਹੀਂ ਸੀਗਾ ਆਸਟ੍ਰੇਲੀਆ ਛੱਡ ਕੇ ਇੰਡੀਆ ਵਾਪਸ ਆਉਣਾ ਸੋ ਉਹ ਜਿਹੜੇ ਬੰਦੇ ਇੱਥੇ ਆ ਕੇ ਹੋਰ ਕਿਸੇ ਮੁਲਕ ਚ ਗਏ ਤੇ ਜਾਂ ਇੱਥੇ ਇੰਡੀਆ ਆ ਕੇ ਹੀ ਉਹਨਾਂ ਨੇ ਆਪਣੇ ਆਪ ਨੂੰ ਸੈਟਲ ਕੀਤਾ ਇਕ ਨਹੀਂ ਹਜ਼ਾਰਾਂ ਕਿਸੇ ਸੱਤ ਦੇ ਹੋਣਗੇ ਕਿ ਜਿਨ੍ਹਾਂ ਦੇ ਵੀਜ਼ਾਸ ਕੈਂਸਲ ਹੋਏ ਅਲਟੀਮੇਟਲੀ ਜੇ ਦੇਖਿਆ ਜਾਵੇ ਉਹਨਾਂ ਵਿੱਚ ਬੱਚਿਆਂ ਦਾ ਜਿਨ੍ਹਾਂ ਦੇ ਤੇ ਸਪਾਊਸ ਮੈਰिजਿਸ ਕੰਟਰੈਕਟ ਮੈਰਿਜੀ ਉਹਨਾਂ ਨੇ ਤੇ ਜਾਣਬੁੱਝ ਕੇ ਫਾਹਾ ਗੱਲ ਪਾਇਆ ਠੀਕ ਹੈ ਜਿਹਦੇ ਬੱਚਿਆਂ ਦੇ ਫੰਡਸ ਦਾ ਸੀ ਉਹਨਾਂ ਨੇ ਵੀ ਕਿਸੇ ਨੂੰ ਪ੍ਰਵੋਕ ਕੀਤਾ ਜਾ ਕੇ ਕਿ ਜੀ ਸਾਡੇ ਫੰਡ ਕਰਾ ਦਿਓ ਜੁਗਾੜ ਲਾ ਦਿਓ ਜਿੱਚ ਪੈਸੇ ਘੱਟ ਲੱਗਣ ਜਿਹੜੇ ਬੰਦਿਆਂ ਦੇ ਐਕਸਪੀਰੀਅੰਸ ਹੀ ਜੀ ਗੈਪ ਹੈ ਜੀ ਤੁਸੀਂ ਆਪ ਕਵਰ ਕਰ ਦਿਜੀ ਉਹਰੇ ਵਿੱਚ ਵੀ ਪੈਸੇ ਖਰਚੇ ਆਪ ਫਾਹਾ ਗੱਲ ਲੇਤਾ ਕਾਫੀ ਐਦਾਂ ਦੇ ਵੀ ਸੀ ਕਿ ਜਿੰਨਾਂ ਕੋਲ ਆਪਣੇ ਫੰਡਸ ਹਗੇ ਸੀ ਬਟ ਏਜੰਟਸ ਵੱਲੋਂ ਦੱਸਿਆ ਨਹੀਂ ਗਿਆ ਜਿਸ ਕਰਕੇ ਜਿਹਨਾਂ ਨੇ ਟੈਨਸ਼ਨ ਅਲੱਗ ਆ ਗਈ ਤੇ ਮੈਂ ਆਪਣੇ ਆਪ ਕੰਮ ਸੰਭਾਲ ਲਿਆ ਸੋ ਉਹ ਬੱਚਿਆਂ ਨੂੰ ਭੁਗਤਾਨ ਭੁਗਤਣਾ ਪਿਆ ਐਂਡ ਅੱਜ ਰਿਜ਼ਲਟ ਕਾਫੀ ਲਾਈਫਸ ਖਰਾਬ ਹੋਈਆਂ ਅੱਜ ਇੰਡੀਆ ਦੇ ਵਿੱਚ ਉਹ ਹੀੋ ਚੀਜ਼ ਇੱਕ ਵਾਰ ਜ਼ਰਾ ਸੋਚ ਕੇ ਦੇਖੋ ਅੱਜ ਇਹ ਚੀਜ਼ ਰੱਖਣੀ ਚਾਹੁੰਗਾ ਤੁਹਾਨੂੰ ਇਸ ਸੀਜ਼ਨ ਨਾਲ ਹੋਰ ਪੈਡ ਆਨ ਕਰ ਲਈ ਹੈ ਆਸਟ੍ਰੇਲੀਆ ਚ 15 ਤੋਂ 20% ਐਸੇ ਵਿਦਿਆਰਥੀ ਬੈਠ ਨੇ ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ 100% ਦੀ ਕੀਤੀ ਹੈ 15 20% નિર્ਦੋਸ਼ ਵੀ ਮਾਰੇ ਗੋ ਦਾ ਕਾਰਨ ਸੀ ਕਿ ਉਹਨਾਂ ਨੂੰ ਇਹ ਚੀਜ਼ ਜੋ ਉਸ ਟਾਈਮ ਸ਼ੋ ਜਾਂ ਐਡਵਰਟਾਈਜ਼ਮੈਂਟ ਅਵੇਅਰਨੈਸ ਨਹੀਂ ਸੀ ਉਹ ਜਦੋਂ ਆਪਣਾ ਕਾਲਜ ਤੋਂ ਬਾਅਦ ਇੱਕ ਐਡਰੈਸ ਚੇਂਜ ਕਰਦੇ ਸੀ ਕੋਈ ਗਲਤੀ ਕੁਤਾਹੀ ਹੁੰਦੀ ਸੀ ਚਿੱਠੀ ਪੁਰਾਣੇ ਐਡਰੈਸ ਤੇ ਚਲੀ ਜਾਂਦੀ ਸੀ ਉਹਨੂੰ ਨਹੀਂ ਸੀ ਪਤਾ ਲੱਗਦਾ ਉਹ ਜਵਾਬ ਨਹੀਂ ਦਿੰਦਾ ਉਹ ਜਵਾਬ ਸੀ ਬਹੁਤ ਪੰਜਾਬ ਦੇ ਵਧੇਰੇ ਇੰਡੀਆ ਉਹ ਇੰਡੀਆ ਦੇ ਵਿੱਚ ਹੋਏ ਇਸ ਚੀਜ਼ ਨੂੰ ਵੀ ਅਵੇਅਰ ਕੀਤਾ ਜਾਵੇਗਾ ਜਿਹੜਾ ਹੁਣ ਜਾ ਰਿਹਾ ਵਿਦਿਆਰਥੀ ਉਹ ਆਪਣਾ ਐਡਰੈਸ ਜਿਹੜਾ ਹੈ ਨਾ ਕਾਲਜ ਨੂੰ ਦੱਸੇ ਉਸੇ ਚੀਜ਼ ਤੇ ਆ ਰਿਹਾ ਅੱਜ 573 ਐਸ ਵੀ ਪੀ ਦੇ ਵਿੱਚ ਜਾ ਰਹੇ ਦੋ ਸਾਲ ਹੋ ਗਏ ਕੋਈ ਸਮੱਸਿਆ ਨਹੀਂ ਹੈ ਯਕੀਨ ਮੰਨਿਓ ਅੱਜ ਹੀ ਇਨਫੋਰਮੇਸ਼ਨ ਦੇਣ ਚੱਲਿਆ ਮੋਸਟ ਆਫ ਦਾ ਫਾਈਲਸ ਫੰਡਸ ਜਿੰਨਾ ਦੇ ਜੀ 90 ਬੈਂਕ ਖਾਤੇ ਖੁੱਲੇ ਐਂਡ ਅੱਗੇ ਚੀਜ਼ਾਂ ਹੈ ਐਂਡ ਔਰੇ ਬਾਤ ਜੋ ਜੀ ਗੈਪ ਹੈ ਜੀ ਅੱਗੇ ਐਕਸਪੀਰੀਅੰਸ ਲਗਾਇਆ ਜੀ ਯਾ ਕੋਈ ਡਿਪਲੋਮਾ ਹੈ ਜੀ ਡਿਪਲੋਮਾ ਕੀਤਾ ਸੀ ਜੀ ਕੰਪਿਊਟਰ ਦਾ ਜਸ ਹਾਊਸ ਕੇਸਿਸ ਜੇ ਤੇ ਇਹ ਸਾਰੇ ਡਾਕੂਮੈਂਟੇਸ਼ਨ ਜੈਨੂਇਨ ਹੈ ਤੇ ਕੋਈ ਵੀ ਟੈਨਸ਼ਨ ਵਾਲੀ ਚੀਜ਼ ਨਹੀਂ ਆਰਾਮ ਨਾਲ ਸਰਾણે ਥੱਲੇ ਬਾਂਦੇ ਕੇ ਸੋ ਜੋ ਜੇ ਇਹ ਚੀਜ਼ਾਂ ਬਣਾਈਆਂ ਗਈਆਂ ਜਾਂ ਏਜੰਟ ਵੱਲੋਂ ਇਹ ਚੀਜ਼ ਕਹੀ ਗਈ ਹੈ ਕਿ ਜੀ ਟੈਨਸ਼ਨ ਨਾ ਲਾਓ ਆਪਾਂ ਫੰਡ ਭੇਜਨੇ ਹੀ ਨਹੀਂਗੇ ਠੀਕ ਹੈ ਉਹ ਚੀਜ਼ਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਿ ਕੱਲਾ ਵੀਜ਼ਾ ਨਹੀਂ ਜਦੋਂ ਵੀਜ਼ੇ ਤੋਂ ਬਾਅਦ ਉੱਥੇ ਚਲੇ ਵੀ ਜਾਓਗੇ ਨਾ ਸੈਟਲ ਹੋਣ ਦਾ ਟਾਈਮ ਆਊਗਾ 2 ਸਾਲ ਹੋ ਜਾਣਗੇ ਤਦ ਵੀ ਉਹ ਚੱਕ ਕੇ ਵਾਪਸ ਭੇਜ ਸਕਦੇ ਆ ਜੇਕਰ ਐਈ ਇਤਿਹਾਸ ਦੁਬਾਰਾ ਰਿਪੀਟ ਹੋ ਗਿਆ ਤੇ ਜਿਵੇਂ ਅਸੀਂ ਕਹਿੰਦੇ ਆ ਨਾ ਕਿ ਜਿਉ 2006 ਵਾਲਾ ਟਾਈਮ ਵਾਪਸ ਆ ਗਿਆ ਜੀ ਬੱਚੇ ਅਜ ऑस्ट्रेलिया ਵਾਪਸ ਜਾਣੇ ਸ਼ੁਰੂ ਹੋਏ ਤੇ ਉਹ 2010 ਵਾਲਾ ਟਾਈਮ ਵੀ ਵਾਪਸ ਆ ਸਕਦਾ ਇਸ ਚੀਜ਼ ਨਾ ਭੁੱਲੋ ਸੋ ਅੱਜ ਜਦੋਂ ਤੁਸੀਂ ਆਪਣੀ ਐਪਲੀਕੇਸ਼ਨ ਲਗਾ ਰਹੇ ਹੋ ਇਹ ਸੋਚ ਸਮਝ ਕੇ ਲਾਓ ਕਿ ਜਿਹੜੇ ਡਾਕੂਮੈਂਟ ਤੁਸੀਂ ਲਗਾ ਰਹੇ ਹੋ ਬਿਲਕੁਲ ਜੈਨੂਇਨ ਹੋਣ ਕਿਸੇ ਦੀਆਂ ਵੀ ਗੱਲਾਂ ਚਾਉਣ ਦੀ ਲੋੜ ਨਹੀਂ ਐਂਡ ਆਪਣਾ ਆਪ ਆਪਣੀ ਬੇੜੀ ਥੱਲੇ ਸੋਟਾ ਮਾਰ ਕੇ ਕਿ ਕਿਹੜੀ ਚੀਜ਼ ਜੈਨੂਇਨ ਹੈ ਅੱਜ ਜਿਹੜਾ ਸਟੈਪ ਪਟ ਰਿਹਾ ਇਹਦੀ 3 ਸਾਲ ਬਾਅਦ ਤੇ ਨਹੀਂ ਮੈਨੂੰ ਕੋਈ ਦਿੱਕਤ ਹੋਊਗੀ ਅੱਜ ਜਿੱਥੇ ਇੱਕ ਬੰਦਾ ਕਹਿੰਦਾ ਜੀ ਮੈਂ 4 ਹਫ਼ਤੇ ਤੇਰਾ ਕੰਮ ਕਰ ਦੂੰਗਾ 8 ਹਫ਼ਤੇ ਚ ਕਰ ਦੂੰਗਾ ਉੱਥੇ 16 ਹਫ਼ਤੇ ਲਾ ਦੋ ਉੱਥੇ 20 ਹਫ਼ਤੇ ਲਾ ਦੋ ਕਿਉਂਕਿ ਇਹ ਜ਼ਿੰਦਗੀ ਦਾ ਸਵਾਲ ਹੈ ਇਹ ਉਹ ਟਰਨਿੰਗ ਪੁਆਇੰਟ ਹੈ ਕਿ ਜਦੋਂ ਤੁਸੀਂ ਬਾਹਰ ਜਾ ਰਹੇ ਹੋ ਔਰ ਇੱਥੇ ਡਿਲੇ ਹੋਵੇ ਕੋਈ ਸਮੱਸਿਆ ਨਹੀਂ ਬਟ ਕੰਮ ਪਰਫੈਕਸ਼ਨ ਦੇ ਨਾਲ ਹੋਣਾ ਚਾਹੀਦਾ ਕਿ ਅੱਜ ਜਿਨਾ ਮੇਰਾ ਵੀਜ਼ਾ ਲੱਗ ਰਿਹਾ 3 ਸਾਲ ਬਾਅਦ ਮੇਰੇ ਪ ਮੈਂ ਉੱਥੇ ਪੜ੍ਹਾਈ ਖਤਮ ਕਰਕੇ ਅਗਲੇ ਬੰਨੇ ਤੁਰਨਾ ਮੈਂ ਤੇ ਉਹ ਜਿਹੜੀਆਂ ਚੀਜ਼ਾਂ ਨੇ ਮੈਨੂੰ ਉਸ ਟਾਈਮ ਦੇ ਉੱਤੇ ਇਫੈਕਟ ਨਾ ਕਰਨ ਜੀ ਕਾਫੀ ਇਦਾਂ ਦੀਆਂ ਡਿਟੇਲ ਦੇ ਵਿੱਚ ਚੀਜ਼ਾਂ ਜਿਹੜੀਆਂ ਮੈਂ ਦੱਸਣੀਆਂ ਚਾਹੂੰਗਾ ਆਸਟ੍ਰੇਲੀਆ ਬਾਰੇ ਆ ਫੰਡਸ ਬਾਰੇ ਕਿਦਾਂ ਪੁਰਾਣਾ ਹੋਇਆ ਐਂਡ ਕਾਫੀ ਲੀਗ ਜਿਹੜੀ ਵਾਪਸ ਆਈ ਹੋਰ ਲੀਕੀ ਆਪਸ਼ਨ ਅਗਲੇ ਸ਼ੋਅ ਦੇ ਵਿੱਚ ਵੀ ਗੱਲ ਕਰਾਂਗੇ ਕਿਉਂਕਿ ਨਿਊਜ਼ੀਲੈਂਡ ਬਾਰੇ ਵੀ ਕਰਨੀ ਹੈ ਜਿਹੜੀ ਇਸ ਤਰ੍ਹਾਂ ਦੀ ਰਿਸਰਚ ਹੈ ਇਹ ਨਿਊਜ਼ੀਲੈਂਡ ਤੇ ਵੀ ਟੁੱਕਦੀ ਹੈ 1 ਮਿੰਟ ਦਾ ਸਮਾਂ ਬਚਿਆ ਸਿਰਫ ਇਸ ਜਿਹੜਾ 1 ਮਿੰਟ ਦਾ ਸਮਾਂ ਬਚਿਆ ਸਵਾਲ ਪੈਦਾ ਹੋਊਗਾ ਥੋ ਗਲਤੀ ਨਾਲ ਹੋਇਆ ਜਾਣ ਬੁਝ ਕੇ ਹੋਇਆ ਏਜੰਟਸ ਵੱਲੋਂ ਜਾਂ ਜੋ ਵੀ ਹੋਇਆ ਰਿਜ਼ਲਟ ਇੱਕ ਨਤੀਜਾ ਇਹ ਹੈ ਕਿ ਬਹੁਤ ਸਾਰਾ ਵਿਦਿਆਰਥੀ ਵਰਗ ਆਸਟ੍ਰੇਲੀਆ ਤੋਂ ਵਾਪਸ ਆਇਆ ਡਿਊ ਟੂ ਕਿ ਵੀਜ਼ਾ ਕੈਨਸਲ ਹੋ ਗਿਆ ਕਿਸੇ ਵੀ ਚੀਜ਼ ਕਰ ਅਗਲੀ ਆਪਸ਼ਨਸ ਕੀ ਹੈ ਯੀਐਸਐਸ ਗਲੋਬਲ ਕੁਝ ਸਪੋਰਟ ਕਰਦਾ ਹੈ ਅਰੇ ਵਾਸਤੇ 9 ਤਰੀਕ 10 ਤਰੀਕ 11 ਤਰੀਕ 12 ਤਰੀਕ 4 ਦਿਨ ਅਸੀਂ ਸੈਮੀਨਾਰ ਰੱਖਿਆ ਹੈ ਮਾਈਗ੍ਰੇਟ ਟੂ ਆਸਟ੍ਰੇਲੀਆ ਸੈਮੀਨਾਰ ਸਟੱਡੀ ਇਨ ਆਸਟ੍ਰੇਲੀਆ ਸੈਮੀਨਾਰ ਨਹੀਂ ਮਾਈਗ੍ਰੇਟ ਟੂ ਆਸਟ੍ਰੇਲੀਆ ਸੈਮੀਨਾਰ ਹੈ ਜਿਹੜੇ ਬੰਦੇ ਸਪੈਸ਼ਲੀ ਉਹਨਾਂ ਵਾਸਤੇ ਜਿਹੜੇ ਇੱਥੋਂ ਪੜਨ ਕਨਫਿਊਜ਼ ਨੇ ਕਿ ਜੀ ਬਜਟ ਨੂੰ ਲੈ ਕੇ ਪ੍ਰੋਬਲਮ ਹੈ ਪੈਸੇ ਨੂੰ ਲੈ ਕੇ ਪ੍ਰੋਬਲਮ ਹੈ ਜਿਹੜੀਆਂ ਮੈਂ ਚੀਜ਼ਾਂ ਦੱਸੀਆਂ ਇਨ੍ਹਾਂ 'ਚ ਕੋਈ ਇੱਕ ਸਮੱਸਿਆ ਹੈ ਉਹਨਾਂ ਨੂੰ ਉਹ ਹੱਲ ਚਾਹੁੰਦੇ ਨੇ ਦੂਸਰਾ ਬੱਚਾ ਜਿਹੜਾ ਇੱਥੇ ਕੰਮ ਕਰ ਰਿਹਾ ਹੈ ਪੱਕੇ ਤੌਰ ਤੇ ਜਾਣਾ ਚਾਹੁੰਦਾ ਪੜ੍ਹਾਈ ਦੀ ਉਮਰ ਲੰਘ ਗਈ ਹੈ ਕਿ 3 ਸਾਲ ਹੋ ਗਏ 4 ਸਾਲ ਹੋ ਗਏ ਮੈਨੂੰ ਕੰਮ ਕਰਦੇ ਮੈਂ ਪੱਕੇ ਤੌਰ ਤੇ ਜਾਣਾ ਚਾਹੁੰਦਾ ਮੇਰੀ ਫੈਮਲੀ ਹੈ ਵਾਈਫ ਹੈ ਬੱਚਾ ਹੈ ਪੱਕੇ ਤੌਰ ਤੇ ਜਾਣ ਦੀ ਆਪਸ਼ਨ ਹੈ ਪ੍ਰੋਬਲਮ ਇਹ ਹੈ ਕਿ ਜਦੋਂ ਤੁਸੀਂ ਕਿਸੇ ਏਜੰਟ ਕੋ ਜਾਂਦੇ ਹੋ ਉਹ ਅੱਜ ਪੜ੍ਹਾਈ ਦਾ ਦੌਰ ਚੱਲ ਰਿਹਾ ਨੇ ਸਿਰਫ ਪੜ੍ਹਾਈ ਬਾਰੇ ਬੋਲੀ ਜਾਣਾ ਉਹਨੇ ਦੱਸਣਾ ਹੀ ਨਹੀਂ ਕਿ ਵੀ ਤੂੰ ਐਲੀਜੀਬਲ ਹੈ ਕਾ ਕਿ ਉੱਥੇ ਪੀਆਰ ਜਾਣ ਵਾਸਤੇ ਵੀ ਕਾਰੀਗਲੋਂ ਪੜ੍ਹਾਈ ਤੇ ਜਾ ਰਿਹਾ ਸੋ ਉਹ ਵਾਲਾ ਪਰ ਵੀਜ਼ਾ ਐਂਡ ਮੇਜਰ ਜਿਹੜਾ ਅੱਜ ਦੇ ਸ਼ੋਅ 'ਚ ਅਸੀਂ ਡਿਸਕਸ ਕੀਤਾ ਕਿ ਵੀ ਜਿਹੜੀ ਆਪਣਾ ਆਪਣਾ ਜਿਹੜੇ ਸਟੂਡੈਂਟਸ ਉਥੋਂ ਬਾਹਰ ਹੋ ਕੇ ਵਾਪਸ ਆਏ ਕਿਸੇ ਵੀ ਕਾਰਨ ਉਹਨਾਂ ਦਾ ਵੀਜ਼ਾ ਕੈਨਸਲ ਹੋ ਗਿਆ ਕਿਸੇ ਵੀ ਕਾਰਨ ਮਤਲਬ ਕਿਸੇ ਵੀ ਕਾਰਨ ਉਹਨਾਂ ਦਾ ਵੀਜ਼ਾ ਕੈਨਸਲ ਹੋ ਗਿਆ ਉਹ ਦੁਬਾਰਾ ਜਾਣ ਦੀ ਆਸਟ੍ਰੇਲੀਆ ਸੋਚਦੇ ਪਏ ਨੇ ਕਿ ਵੀ ਕਿਸ ਤਰੀਕੇ ਜਾਇਆ ਜਾਵੇ ਮੈਂ ਕਾਫੀ ਉਹ ਵੀ ਕੇਸਿਸ ਦੇਖੇ ਕਿ ਆਸਟ੍ਰੇਲੀਆ ਤੋਂ ਹੋ ਕੇ ਵਾਪਸ ਆਏ ਦੁਬਾਰਾ ਫੇਰ ਕਿਸੇ ਦੇ ਟੇਟੇ ਚੜ ਕੇ ਸਟੂਡੈਂਟ ਵੀਜ਼ਾ ਅਪਲਾਈ ਕਰ ਦਿਆ ਤੇ ਰਿਜੈਕਟ ਹੋ ਗਿਆ ਉਹ ਗਲਤ ਤਰੀਕਾ ਔਰੇ ਹੋਰ ਬਥੇਰੇ ਤਰੀਕੇ ਕਿਉਂਕਿ ਆਸਟ੍ਰੇਲੀਆ ਇੱਕ ਨਹੀਂ ਬਹੁਤ ਜ਼ਿਆਦਾ ਵੱਡਾ ਸਮੁੰਦਰ ਹੈ ਜੇ ਵੀ ਇਮੀਗ੍ਰੇਸ਼ਨ ਦੀ ਗੱਲ ਕਰਾਂ ਐਂਡ ਰਿਸਰਚ ਜਿੰਨੀ ਜ਼ਿਆਦਾ ਅਸੀਂ ਕਰਦੇ ਵਾ ਉਨਾ ਹੀ ਜ਼ਿਆਦਾ ਹੋਰ ਅੱਗੇ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਵੀ ਆ। ਸੋ ਜਿਹੜੇ ਬੰਦੇ ਆਸਟ੍ਰੇਲੀਆ ਤੋਂ ਹੋ ਕੇ ਵਾਪਸ ਆਏ ਨੇ ਉਹਨਾਂ ਦਾ ਵੀਜ਼ਾ ਕੈਨਸਲ ਹੋ ਗਿਆ ਹੈ ਦੁਬਾਰਾ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ ਉਹ ਇਸ ਮਾਈਗ੍ਰੇਟ ਟੂ ਆਸਟ੍ਰੇਲੀਆ ਸੈਮੀਨਾਰ ਦੇ ਵਿੱਚ 9 ਤੋਂ ਲੈ ਕੇ 12 ਤਰੀਕ ਦੇ ਵਿੱਚ ਇਹ ਮੁਹਾਲੀ ਜਲੰਧਰ ਲੁਧਿਆਣਾ ਐਂਡ ਅੰਮ੍ਰਿਤਸਰ 9 ਤਰੀਕ ਨੂੰ ਮੁਹਾਲੀ 10 ਤਰੀਕ ਨੂੰ ਲੁਧਿਆਣਾ 11 ਨੂੰ ਜਲੰਧਰ ਤੇ 1 ਕਿਸੇ ਹੋਟਲ ਚ ਨਹੀਂ ਆਪਣੇ ਆਫਿਸ ਦੇ ਵਿੱਚ ਹੀ ਸੈਮੀਨਾਰ ਹੈ ਸੋ ਜਿਹੜੇ ਬੰਦੇ ਵੀ ਜਾਣਾ ਚਾਹੁੰਦੇ ਨੇ ਉਹ ਨੰਬਰ ਫਲੈਸ਼ ਤੇ ਗਏ ਅਤੇ ਫੋਨ ਕਰਕੇ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰ ਲਓ ਸਵੇਰੇ 11:00 ਤੋਂ ਲੈ ਕੇ 5:00 ਤੱਕ ਸਾਡੀ ਕੰਪਨੀ ਦੇ ਬੋਰਡ ਤੇ ਜਿਹੜੇ ਮਾਰਾ ਏਜੰਟ ਨੇ ਇਹ ਕੱਲਾ ਗੱਲਾਂ ਨਹੀਂ ਕਰੀਦੀਆਂ ਉਹ ਪ੍ਰੂਵ ਵੀ ਕਰਦਾ ਹੁੰਦਾ ਐਂਡ ਜਿਹੜੇ ਮਾਰਾ ਏਜੰਟ ਨੇ ਉਹ ਆਪ ਇੱਥੇ ਨਾਲ ਮੇਰੇ ਬੈਠੇ ਹੋਣਗੇ ਕਿ ਖਾਸ ਕਰਕੇ ਉਹ ਸਟੂਡੈਂਟਸ ਵਾਸਤੇ ਕਿਉਂਕਿ ਸਾਡੀ ਬੜੀ ਡੈਪਥ ਵਿੱਚ ਡਿਸਕਸ਼ਨ ਹੋਈ ਸੀ ਕਿ ਉਹਨਾਂ ਵੱਲ ਇੱਕ ਚੀਜ਼ ਸੀ ਗੁਰਿੰਦਰ ਇੱਥੇ ਕਾਫੀ ਏਦਾਂ ਦੇ ਕੇਸਿਸ ਆ ਗਏ ਕਿ ਜਿਹੜੇ ਆ ਕੇ ਰੁ ਕਿਉਂਕਿ ਉੱਥੇ ਵਕੀਲ ਨੂੰ ਮਿਲਣ ਮਿਲਣ ਦੀ ਫੀਸ ਜਿਹੜੀ ਹੈ ਨਾ ਉਹ 100 ਡਾਲਰ ਹੁੰਦੀ ਹੈ ਕਿ ਅਸੀਂ ਉਹ ਵਰਗ ਦਾ ਕੀ ਕਰ ਸਕਦੇ ਹਾਂ ਐਂਡ ਮੈਂ ਉਹਨਾਂ ਨੂੰ ਇਸ ਚੀਜ਼ ਦਾ ਸਪੈਸ਼ਲ ਇਨਵਿਟੇਸ਼ਨ ਦਿੱਤਾ ਕਿ ਤੁਸੀਂ ਇੱਥੇ ਇੰਡੀਆ ਆਓ ਤੁਹਾਨੂੰ ਟੀਵੀ ਸ਼ੋਅ ਦੇ ਉੱਤੇ ਵੀ ਮੌਕਾ ਦੇਵਾਂਗੇ ਕਿ ਵੀ ਤੁਸੀਂ ਲੋਕਾਂ ਦੀਆਂ ਜਿਹੜੀਆਂ ਉੱਥੇ ਪ੍ਰੋਬਲਮਸ ਆ ਰਹੀਆਂ ਹੱਡ ਬੀਤੀਆਂ ਉਹ ਐਕਸਪਲੇਨ ਕਰ ਸਕੋ ਤੇ ਜਿਹੜੀਆਂ ਇੱਥੇ ਲੋਕਾਂ ਦੀਆਂ ਪ੍ਰੋਬਲਮਸ ਹੈ ਉਹ ਜਦੋਂ ਕੇਸ ਖਰਾਬ ਕਰਕੇ ਆਂਦੇ ਆ ਅੱਜ ਜੇ ਕਿ ਇਸ ਖਰਾਬ ਗੱਲ ਨੂੰ ਹੋਰ ਕੰਪਲਿਕੇਟਡ ਹੋਰ ਹੁਲਝੰਝਣਾ ਪਾਇਆ ਜਾਵੇ ਅੱਜ ਹੀ ਬੈਠ ਕੇ ਉਹਦੀ ਪ੍ਰੋਬਲਮ ਹੱਲ ਕੀਤੀ ਜਾਵੇ ਜੇ ਉਸ ਬੱਚੇ ਦਾ ਕੁਝ ਹੋ ਸਕਦਾ ਸੋ ਸਾਰਿਆਂ ਨੂੰ ਇਹੀ ਚੀਜ਼ ਦੀ ਇਹ ਆਪਣਾ ਅਪੀਲ ਹੈ ਕਿ ਜਿਹੜੇ ਬੰਦੇ ਆਸਟ੍ਰੇਲੀਆ ਕਿਸੇ ਵੀ ਤਰੀਕੇ ਦੇ ਨਾਲ ਪੜ੍ਹਾਈ ਹੋ ਗਿਆ ਪੀਆਰ ਹੋ ਗਿਆ ਉੱਥੋਂ ਹੋ ਕੇ ਆਏ ਆ ਮਾਈਗ੍ਰੇਟ ਕਰਨਾ ਚਾਹੁੰਦੇ ਟੈਂਪਰੇਰੀ ਰੈਜ਼ਿਡੈਂਸ ਲੈਣਾ ਚਾਹੁੰਦੇ ਘੁੰਮਣ ਫਿਰਨ ਲਈ ਜਾਣਾ ਚਾਹੁੰਦੇ ਕਿ ਆਸਟ੍ਰੇਲੀਆ ਇਮੀਗ੍ਰੇਸ਼ਨ ਬਾਰੇ ਆਸਟ੍ਰੇਲੀਆ ਇਮੀਗ੍ਰੇਸ਼ਨ ਲੈਣਾ ਚਾਹੁੰਦੇ ਨੇ ਉਹ ਆਵਲੇ ਨੰਬਰ ਦੇ ਉੱਤੇ ਅਪਾਇੰਟਮੈਂਟ ਲੈ ਕੇ ਕਰਨ ਬੜਾ ਵਧੀਆ ਮੌਕਾ ਹੈ ਕਿ ਜਦੋਂ ਮੌਕੇ ਦੇ ਉੱਤੇ ਮੈਨੂੰ ਵੀ ਮਿਲ ਸਕਦੇ ਆ ਨਾਲ ਦੇ ਨਾਲ ਮਾਫਿਡ ਨੂੰ ਵੀ ਮਿਲ ਸਕਦੇ ਆ ਕਿ ਜਿਹੜੇ ਸਾਡੇ ਆਪਣਾ ESS ਦੇ ਬੋਰਡ ਦੇ ਮਾਰਾ ਏਜੰਟਸ ਹੈਗੇ ਨੇ ਐਂਡ ਆਪਣੀਆਂ ਪ੍ਰੋਬਲਮਸ ਦਾ ਹੱਲ ਕਰ ਸਕਦੇ ਥੈਂਕ ਯੂ ਗੁਰਿੰਦਰ ਜੀ ਮਿਹਰਬਾਨੀ ਅਗਲੇ ਸ਼ੋਅ ਤੇ ਪਲੀਜ਼ ਇੱਕ ਸ਼ੋਅ ਤੁਹਾਨੂੰ ਇੰਤਜ਼ਾਰ ਕਰਨ ਪਊਗਾ ਜਿਹਦੇ ਵਿੱਚ ਅਸੀਂ ਨਿਊਜ਼ੀਲੈਂਡ ਬਾਰੇ ਜਿਹੜੇ ਵਿਦਿਆਰਥੀਆਂ ਲਈ ਸੈਮੀਨਾਰ ਆਰਗੇਨਾਈਜ਼ ਕੀਤਾ ਜਾ ਰਿਹਾ ਉਹਨਾਂ ਬਾਰੇ ਹੋਰ ਬਹੁਤ ਸਾਰੇ ਆਸਟ੍ਰੇਲੀਆ ਦੇ ਕਾਫੀ ਇਦਾਂ ਦੇ ਪੁਆਇੰਟਸ ਹੈ ਜਿਹੜੇ ਅਸੀਂ ਛੱਡ ਗਏ ਜਿਹੜੇ ਅਸੀਂ ਮੈਂ ਚਾਹ ਨਾ ਕਿ ਮੈਂ ਹੋਰ ਬੋਲਾਂ ਬਟ ਮੈਨੂੰ ਇਹ ਰਣਵੀਰ ਭਾਈ ਦੀ ਹਮੇਸ਼ਾ ਸਮੱਸਿਆ ਰਹੀ ਹੈ ਨਹੀਂ ਸਮਝ ਇਜਾਜ਼ਤ ਨਹੀਂ ਦਿੰਦਾ ਲੱਗਿਆ ਰਣਵੀਰ ਭਾਜੀ ਵੀ ਇਜਾਜ਼ਤ ਨਹੀਂ ਦੇ ਲ ਬੇਰੇਖ ਬੇਸ ਪ੍ਰਦੇਸ਼ ਇੱਕ ਬਹੁਤ ਛੋਟਾ ਜੱਟ ਹੂਆ ਜਿਹੜੇ ਵਿਦਿਆਰਥੀ ਨੇ ਮਹਾ ਭਾਰਤ ਦੇਖਿਆ ਹੋਊਗਾ ਉਹਦੇ ਵਿੱਚ ਸਭ ਤੋਂ ਪਹਿਲਾਂ ਬੋਲਿਆ ਜਾਂਦਾ ਸੀ ਕਿ ਮੈਂ ਸਮਾਂ ਹੈ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਅਗਲੇ ਸ਼ੋਅ ਦੇ ਵਿੱਚ ਮਿਲਾਂਗੇ ਉਦੋਂ ਤੱਕ ਲਈ ਅਗੇ ਤੋਂ ਧੰਨਵਾਦ ਸੱਸ਼ਿਕਾ ਥੈਂਕ ਯੂ ਜੀ ਦਾ ਸ਼ੁਕਰੀਆ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਜੋਤ ਸਿੰਘ ਹੈ ਮੈਂ ਡਿਸਟ੍ਰਿਕਟ ਉਹ ਸ਼ਹਿਰ ਤੋਂ ਬਿਲੋਂਗ ਕਰਦਾ ਹਾਂ ਮੇਰਾ ਸੁਪਨਾ ਸੀ ਕਿ ਮੈਂ ਆਸਟ੍ਰੇਲੀਆ ਦੇ ਆਸਟ੍ਰੇਲੀਆ ਹਾਇਰ ਐਜੂਕੇਸ਼ਨ ਲਈ ਜਾਵਾਂ ਤੇ ਅੱਜ ਇਹ ਮੇਰਾ ਸੁਪਨਾ ਸਕਾਰ ਹੋ ਗਿਆ ਸਭ ਤੋਂ ਪਹਿਲਾਂ ਮੈਂ IELTS ਦਾ ਪੇਪਰ ਦਿੱਤਾ ਤੇ ਜਦੋਂ ਮੇਰੇ ਬੈਂਡ ਆ ਗਏ ਤਾਂ ਮੈਂ ਆਪਣੇ ਦੋਸਤਾਂ ਕੋਲ ਸਲਾਹ ਲਈ ਤੇ ਮੈਂ ਕਈ ਏਜੰਡਾ ਘੁੰਮਿਆ ਜਲੰਧਰ ਵਿੱਚ ਤੇ ਫਿਰ ਮੈਨੂੰ ਕਿਸੇ ਨੇ ਗਰੇਂਦਰ ਪੱਟੀ ਸਰਵਿਸ ਸਲਾਹ ਦਿੱਤੀ ਤੇ ਮੈਂ ES Global ਵਿਜ਼ਿਟ ਕੀਤਾ ਜਦੋਂ ਮੈਂ ਉੱਥੇ ਵੀਜ਼ਰ ਕੀਤਾ ਤੇ ਅੱਛੇ ਸਟਾਫ ਨਾਲ ਗੱਲ ਕੀਤੀ ਤਾਂ ਮੈਨੂੰ ਲੱਗਾ ਕਿ ਹਾਂ ਮੇਰਾ ਇੱਥੋਂ ਵੀਜ਼ਾ ਲੱਗ ਸਕਦਾ ਹੈ ਤੇ ਫਿਰ ਇੱਥੇ ਦੇ ਸਟਾਫ ਨੇ ਬੜੀ ਮਿਹਨਤ ਨਾਲ ਹੀ ਮੇਰੀ ਫਾਈਲ ਰੈਡੀ ਕੀਤੀ ਤੇ ਮੇਰਾ ਇੱਕ ਹਫ਼ਤੇ ਵਿੱਚ ਹੀ ਸਟੂਡੀਓ ਦਾ ਵੀਜ਼ਾ ਲੱਗ ਗਿਆ ਜੇ ਮੈਂ ਪ੍ਰਮਾਤਮਾ ਤੇ ES Global ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕੀ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ? ਕੀ ਤੁਸੀਂ ਸਟੂਡੈਂਟ ਤੌਰ ਤੇ ਪੜ੍ਹਨ ਲਈ ਜਾਣਾ ਚਾਹੁੰਦੇ? ਜਾਂ ਫਿਰ ਪੱਕੇ ਤੌਰ ਤੇ ਉੱਥੇ ਜਾਣਾ ਚਾਹੁੰਦੇ? ਜਾਂ ਫਿਰ ਆਪਣਾ ਕਾਰੋਬਾਰ ਉੱਥੇ ਸੈਟਲ ਕਰਨਾ ਚਾਹੁੰਦੇ? ਕੀ ਤੁਸੀਂ ਕਦੇ ਪਹਿਲੇ ਵੀ ਆਸਟ੍ਰੇਲੀਆ ਜਾ ਚੁੱਕੇ? ਕਿਸੇ ਵੀ ਕਾਰਨ ਤੁਹਾਡੀ ਅਪਲੀਕੇਸ਼ਨ ਰਿਜੈਕਟ ਹੋ ਗਈ? ਤੁਹਾਡਾ ਕੇਸ ਐਮਆਰਟੀ ਤੱਕ ਪਹੁੰਚ ਕੇ ਰਿਜੈਕਟ ਹੋ ਗਿਆ? ਤੁਸੀਂ ਪੜ੍ਹਾਈ ਲਈ ਗਏ ਸੀ ਕਾਲਜ ਬੰਦ ਹੋ ਗਿਆ? ਕਿਸੇ ਵੀ ਕਾਰਨ ਤੁਹਾਨੂੰ ਵਾਪਸ ਆਣਾ ਪਿਆ? ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦਿਓ। ਮੌਫਿਦ ਆਸਟ੍ਰੇਲੀਆ ਤੋਂ ਜੋ ਕਿ ਸੀਨੀਅਰ ਮੈਰਾ ਏਜੰਟ ਹੈ। ਆਪ ਮਾਈਗ੍ਰੇਟ ਟੂ ਆਸਟ੍ਰੇਲੀਆ ਸੈਮੀਨਾਰ ਕਰਨ ਲਈ ਆ ਰਹੇ ਸੋ ਆਪਣੇ ਕਾਗਜ਼ਾਤ ਚੈੱਕ ਕਰ ਅੱਜ ਹੀ ਅਪਾਇੰਟਮੈਂਟ ਲਈ ਕਾਲ ਕਰੋ 0181 4675000 9884778 9988 4773 ਨੜੇ 9883 5100